ਗਾਇਸ ਸਾਹਿਬ, ਅਸੀਂ ਬਾਦਲ ਦੀ ਜਾਂ ਬੀਜੇਪੀ ਦੀ ਗੱਲ ਕਰਦੇ ਹਾਂ। ਹਾਂਜੀ, ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜੀ ਅਕਾਲੀ ਦਲ ਹੈ ਇਸ ਵਕਤ ਦਾ, ਉਹ ਭਾਰਤੀ ਜਨਤਾ ਪਾਰਟੀ ਦੇ ਅਧੀਨ ਗੇਮ ਖੇਡ ਰਿਹਾ ਜਾਂ ਜੋ ਵੀ ਹੈ ਸਿਆਸਤ ਕਰ ਰਿਹਾ, ਵਟ ਐਵਰ, ਜਿਸ ਦੇ ਵਿੱਚ ਪੰਜਾਬ ਨੂੰ ਪੂਰਾ ਭਗਵਾਕਰਨ ਕੀਤੇ ਜਾਣ ਦੀਆਂ ਸਾਜ਼ਿਸ਼ਾਂ ਕਹਿ ਲਓ, ਕੋਸ਼ਿਸ਼ਾਂ ਕਹਿ ਲਓ, ਵਟ ਐਵਰ। ਸਾਡੀ ਇੱਕ ਪਵਿੱਤਰ ਧਰਤੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਕਦੀ ਅਸੀਂ ਵੈਟੀਕਨ ਸਿਟੀ ਦਾ ਦਰਜਾ ਦਿਵਾਉਣ ਦੀ ਗੱਲ ਕਰਦੇ ਹਾਂ, ਕਦੀ ਕੁਛ ਗੱਲ ਕਰਦੇ ਹਾਂ, ਕਦੀ ਕੁਛ ਗੱਲ ਕਰਦੇ ਹਾਂ, ਲੇਕਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀ ਕੀਤਾ ਜਾਂਦਾ ਕਿ ਜੇ ਐਮ ਪੀ ਦੀ ਚੋਣ ਹੈ ਤਾਂ ਪੂਰੀ ਦੀ ਪੂਰੀ ਸੀਟ ਅੰਮ੍ਰਿਤਸਰ ਤੋਂ ਛੱਡ ਦਿੱਤੀ ਜਾਂਦੀ ਹੈ, ਐਕਸਕਿਊਜ਼ ਮੀ, ਉਹਦੇ ਲਈ ਛੱਡ ਦਿੱਤੀ ਜਾਂਦੀ ਹੈ। ਹੁਣ ਇੱਕ ਮੁੱਦਾ ਹੋਰ ਸਾਡੇ ਸਾਹਮਣੇ ਲਿਆ ਕੇ ਇਹਨਾਂ ਨੇ ਖੜਾ ਕਰ ਦਿੱਤਾ ਹੈ, ਜਿਹੜਾ ਕਿ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰੀ ਹੋਇਆ। ਪਹਿਲਾਂ ਕਦੀ ਨਹੀਂ ਸੀ ਹੋਇਆ ਕਿ ਡਿਪਟੀ ਕਮਿਸ਼ਨਰ ਜਿਹੜਾ ਹੈ ਨਾ, ਉਹ ਇੱਕ ਗੈਰ ਸਿੱਖ ਲਗਾ ਦਿੱਤਾ ਗਿਆ, ਮਿਸਟਰ ਅਗਰਵਾਲ। ਉਹ ਕੋਈ ਰਿਜ਼ਰਵ ਸੀਟ ਨਹੀਂ ਹੈ ਕਿ ਉੱਥੇ ਸਿੱਖ ਨਹੀਂ ਲੱਗਣਾ, ਪਰ ਸਿੱਖ ਕਿਉਂ ਲੱਗਣਾ ਇਹ ਤੁਸੀਂ ਵੀ ਜਾਣਦੇ ਹੋ ਕਿ ਐਕਟ 25 ਦੇ ਮੁਤਾਬਕ, 1925 ਦੇ ਮੁਤਾਬਕ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ, ਉਹਦੇ ਵਿੱਚ ਜਿਹੜਾ ਪਹਿਲੀ ਮੀਟਿੰਗ ਨੂੰ ਪ੍ਰੈਜ਼ਾਈਡ ਓਵਰ ਕਰਦਾ ਉਹ ਡਿਪਟੀ ਕਮਿਸ਼ਨਰ ਹੁੰਦਾ, ਜਿਹੜਾ ਕਿ ਲੱਕੀਲੀ ਕਹਿ ਲਓ ਅੱਜ ਤੱਕ ਸਿੱਖ ਹੀ ਬਣਦਾ ਹੈ। ਲੇਕਿਨ ਹੁਣ ਉਹਨਾਂ ਨੇ ਇੱਕ ਗੈਰ ਸਿੱਖ ਨੂੰ ਲਗਾ ਦਿੱਤਾ। ਹੁਣ ਜਦੋਂ ਪਹਿਲੀ ਮੀਟਿੰਗ ਹੋਏਗੀ ਇਲੈਕਸ਼ਨਾਂ ਤੋਂ ਬਾਅਦ ਜਾਂ ਜਦੋਂ ਨਵੰਬਰ ਦੇ ਵਿੱਚ ਹੋਏਗੀ, ਤਾਂ ਪ੍ਰੈਜ਼ਾਈਡ ਓਵਰ ਕਰੇਗਾ ਇੱਕ ਗੈਰ ਸਿੱਖ ਉਸ ਸੰਸਥਾ ਨੂੰ ਜਿਹਨੂੰ ਆਪਾਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਿੰਦੇ ਹਾਂ। ਇਹਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਮੈਂ ਤੁਹਾਡੇ ਕੋਲ ਪ੍ਰਸ਼ਨ ਪੁੱਛਾਂਗਾ ਇੱਕ ਕਾਲ ਤੋਂ ਬਾਅਦ। ਜੀ ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਕੌਣ ਬੋਲਦੇ ਹੋ? ਮੈਂ ਜੀ ਇਟਲੀ ਤੋਂ ਕੁਲਵਿੰਦਰ ਸਿੰਘ ਬੋਲਦਾ ਜੀ। ਕੁਲਵਿੰਦਰ ਸਿੰਘ ਸਾਹਿਬ, ਸਵਾਗਤ ਹੈ ਆਪ ਜੀ ਦਾ, ਕੀ ਕਹਿਣਾ ਚਾਹੋਗੇ? ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਮਾਫ ਕਰਿਓ ਮੈਨੂੰ। ਜੀ ਜੀ ਕੋਈ ਗੱਲ ਨਹੀਂ, ਆਰਾਮ ਨਾਲ ਖੁੱਲ ਕੇ ਕਰੋ। ਹਾਂਜੀ, ਮੈਂ 84 ਦੇ ਜੋ ਕੁਛ ਵੀ ਹਾਲਾਤ ਮੈਂ ਖੁਦ ਅੱਖੀ ਦੇਖੇ। ਹਾਂ ਹਾਂ ਜੀ, ਰਵੈਰੋ ਸਾਹਿਬ ਤੁਸੀਂ ਸੁਣਿਆ ਹੋਣਾ, ਜਿਹੜੇ ਪੀਏਪੀ ਚ ਸੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਸਰਦਾਰ ਬਾਬਾ ਜੀ ਧੰਨਾ ਸਿੰਘ ਸਿੰਘ ਜਾਣਦੇ ਹੋ ਉਹਨਾਂ ਨੂੰ? ਹਾਂਜੀ ਹਾਂਜੀ ਹਾਂਜੀ, ਗੱਲ ਕਰੋ, ਤੁਸੀਂ ਗੱਲ ਕਰੋ। ਹਾਂਜੀ ਹਾਂਜੀ, ਮੈਂ ਕਠਾਰ ਦਾ, ਮੈਂ ਉਹਨਾਂ ਦਾ ਸ਼ਾਗਿਰਦ ਸੀ। ਇੱਕ ਮੈਂ ਆਪਣੀ ਸੰਗਤ, ਸਿੱਖ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ। ਜ਼ਰੂਰ, ਤੁਹਾਡੇ ਅੱਗੇ ਵੀ ਬੇਨਤੀ ਹੈ ਵੀ ਆਪਾਂ ਇੱਥੇ ਟੈਲੀਵਿਜ਼ਨ ਤੇ ਕੈਨੇਡਾ, ਇੰਗਲੈਂਡ, ਅਮਰੀਕਾ, ਯੂਰਪ ਚ ਸਾਰੇ ਚ ਗੱਲਾਂ ਕਰ ਹੀ ਜਾਂਦੇ ਹਾਂ, ਆਪਾਂ ਹਿੰਦੁਸਤਾਨ ਚ ਕਿਉਂ ਨਹੀਂ ਜਾ ਸਕਦੇ? ਇੱਕ ਵਾਰ ਕਾਹਤੋਂ ਨਹੀਂ ਜਾ ਸਕਦੇ? ਕਾਹਤੋਂ ਨਹੀਂ ਅਸੀਂ ਉਹਨਾਂ ਨੂੰ ਕਹਿ ਸਕਦੇ? ਜੀ ਅਸੀਂ ਕਿੰਨੇ ਕਿੰਨੇ ਇੱਥੇ ਪ੍ਰੋਪਰਟੀਆਂ ਦੇ ਮਾਲਕ ਬੈਠੇ ਹਾਂ, ਕਿੰਨੇ ਕਿੰਨੇ ਸਾਲ ਹੋ ਗਏ, ਅਸੀਂ ਕਿਉਂ ਨੀ ਜਾ ਸਕਦੇ? ਕਰੋੜਾਂ ਦੇ ਹਿਸਾਬ ਨਾਲ ਪ੍ਰੋਫੈਸਰ ਸਾਹਿਬ, ਕਰੋੜਾਂ ਦੇ ਹਿਸਾਬ ਨਾਲ ਆਪਾਂ ਇੱਥੇ ਲੋਕ ਬੈਠੇ ਹਾਂ, ਇੱਥੇ ਟੀਵੀ ਤੇ ਗੱਲਾਂ ਕਰਨਾ ਸਾਡਾ ਕੁਛ ਨੀ ਬਣਨਾ ਜਿੰਨਾ ਚਿਰ ਅਸੀਂ ਦਿੱਲੀ ਦੀ ਇੱਟ ਨਾਲ ਇੱਟ ਨੀ ਖੜਕਾ ਸਕਦੇ। ਪਰ ਗਾਜ਼ੀ ਸਾਹਿਬ ਤਾਂ ਪੰਜਾਬ ਤੋਂ ਆਏ ਨੇ। ਪੰਜਾਬ ਚੋਂ ਮੈਂ ਠੀਕ ਹੈ ਮੰਨਦਾ, ਪੰਜਾਬ ਵੀ ਦਿੱਲੀ ਜਾਂ ਪੰਜਾਬ ਵਿੱਚ ਆ ਕਿਉਂ ਨੀ ਸਾਹਿਬ ਜਾ ਸਕਦੇ? ਉਹੀ ਮੈਂ ਬੇਨਤੀ ਕਰ ਰਿਹਾ ਗਾਜ਼ੀ ਸਾਹਿਬ ਤਾਂ ਪੰਜਾਬ ਦੇ, ਚਲੋ ਅਸੀਂ ਕਾਇਰ ਹੋਵਾਂਗੇ, ਅਸੀਂ ਇੱਥੇ ਬੈਠ ਕੇ ਗੱਲਾਂ ਕਰਨ ਜੋਗੇ ਰਹਿ ਜਾਵਾਂਗੇ, ਪਰ ਗਾਜ਼ੀ ਸਾਹਿਬ ਤਾਂ ਪੰਜਾਬ ਦੇ ਵਿੱਚ ਲੜਾਈ ਲੜ ਰਹੇ ਨੇ ਪਰਮਜੀਤ ਸਿੰਘ ਹੁਣੀ। ਇਹਨਾਂ ਦੀ ਲੜਾਈ ਦੇ ਵਿੱਚ ਜਦੋਜਹਿਦ ਦੇ ਵਿੱਚ ਇਹਨਾਂ ਦੀ ਸਾਰੀ ਫੈਡਰੇਸ਼ਨ ਇਹਨਾਂ ਦੇ ਪਿੱਛੇ ਖੜੀ ਹੈ। ਤੁਸੀਂ ਸਾਨੂੰ ਬਲੇਮ ਦੇ ਸਕਦੇ ਹੋ, ਪਰ ਗਾਜ਼ੀ ਸਾਹਿਬ ਨੂੰ ਥੋੜੀ ਦੇ ਸਕਦੇ, ਉਹ ਤਾਂ ਪੰਜਾਬ 'ਚ ਲੜ ਰਹੇ ਨੇ। ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਜੇ ਤੁਹਾਡਾ ਉੱਥੇ ਰਿਸ਼ਤੇਦਾਰ ਕੋਈ ਫੱਟੜ ਹੋ ਜਾਂਦਾ ਤੇ ਤੁਸੀਂ ਇੱਥੇ ਉਹਦੀ ਗੱਲ ਵੀ ਨਹੀਂ ਕਰ ਸਕਦੇ? ਤੁਹਾਡਾ ਕੋਈ ਰਿਸ਼ਤੇਦਾਰ ਉੱਥੇ ਬਿਮਾਰ ਹੋ ਜਾਵੇ ਤੇ ਤੁਸੀਂ ਇਟਲੀ ਆਪਣੇ ਘਰ ਬੈਠ ਕੇ ਗੱਲ ਨਹੀਂ ਕਰੋਗੇ? ਚਲੋ ਤੁਸੀਂ ਹੋਰ ਕੁਛ ਨੀ, ਸੰਸਕਾਰ ਤੇ ਨਹੀਂ ਪਹੁੰਚ ਸਕਦੇ, ਉਹਨੂੰ ਦਵਾਈ ਨੀ ਪਹੁੰਚਾ ਸਕਦੇ, ਉਹਦੇ ਲਈ ਹਾਂ ਦਾ ਨਾਰਾ ਮਾਰਨ ਦੇ ਲਈ ਆਪਣੇ ਘਰ ਚ ਗਲਤ ਕਰ ਸਕਦੇ ਹੋ ਕਿ ਨਹੀਂ? ਅਸੀਂ ਨਾਰਾ ਨਹੀਂ ਮਾਰ ਰਹੇ, ਜਿਹੜੀ ਗੱਲ ਸੱਚ ਦੀ ਉਹ ਕਰ ਰਹੇ ਹਾਂ ਜੀ, ਔਰ ਜਿਹੜੀ ਗੱਲ ਅਸੀਂ ਕਰ ਰਹੇ ਉਹਦਾ ਅਸਰ ਹੁੰਦਾ, ਕਿਉਂਕਿ ਅੱਜ ਜਿਹੜਾ ਅਸਰ ਹੋਇਆ ਨਾ ਮੀਡੀਆ ਕਰਕੇ ਹੋਇਆ, ਅੱਜ 5 ਜੂਨ ਨੂੰ ਇੰਨਾ ਇਕੱਠ ਹੋਇਆ ਹਾਈਡ ਪਾਰਕ ਚ, ਉਹ ਤੁਹਾਡੇ ਮੀਡੀਆ ਕਰਕੇ ਹੋਇਆ। ਅੱਜ ਜਾਗ੍ਰਿਤੀ ਜਿਹੜੀ ਆਈ ਹੈ ਨਾ, ਕੱਲ ਤੱਕ ਤਾਂ ਪਤਾ ਨਹੀਂ ਸੀ ਲੱਗਦਾ ਖਬਰਾਂ, ਅੱਜ ਸਾਰੇ ਸੰਸਾਰ ਚ ਫੈਲਦੀਆਂ ਨੇ, ਇਹ ਇਸੇ ਕਰਕੇ ਫੈਲਦੀਆਂ ਨੇ ਕਿ ਅਸੀਂ ਇੱਥੇ ਬੈਠੇ ਗੱਲਾਂ ਕਰਦੇ ਹਾਂ। ਬਿਲਕੁਲ ਚਲੋ, ਬਣਾਓ ਪ੍ਰੋਗਰਾਮ, ਬਣਾਓ ਪ੍ਰੋਗਰਾਮ, ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਸਾਰੇ ਪਿੱਛੇ ਹੋਵਾਂਗੇ। ਫਿਰ ਵੀਰ ਜੀ, ਕਿਸੇ ਨਾ ਕਿਸੇ ਨੇ ਤਾਂ ਬੀੜਾ ਚੁੱਕਣਾ ਹੀ ਹੈ ਨਾ, ਹੁਣ ਭਗਤ ਸਿੰਘ ਇਕੱਲਾ ਹੀ ਨਿਕਲਿਆ ਸੀ ਵਿਚਾਰਾ, ਭਗਤ ਸਿੰਘ ਨਾਲ ਕੌਣ ਸੀ ਉਸ ਵਕਤ, ਹੁਣ ਵੀ ਕੋਈ ਨੀ ਜੁੜਦਾ ਉਹਦੇ ਨਾਲ, ਤੇ ਇਕੱਲੇ ਹੀ ਨਿਕਲੇ ਸੰਸਾਰੇ ਵਿੱਚ।
करो प्लीज अपील करो बनाओ मैं भी बंदियां दियां टिकटां मैं लाउणा हिंदुस्तान दियां जनाब ਤੁਸੀਂ ਆਪਣੇ ਕੱਲੇ ਦੀ ਟਿਕਟ ਲਾ ਲਓ ਵੀਰ ਜੀ ਤੁਸੀਂ ਆਪਣੇ ਕੱਲੇ ਦੀ ਟਿਕਟ ਲਾ ਲਓ ਜਿਹੜੇ 20 ਜਾਣਗੇ ਉਹਨਾਂ ਦੀ ਟਿਕਟ ਅਸੀਂ ਖਰਚਾਂਗੇ ਤੁਸੀਂ ਫਿਕਰ ਨਾ ਕਰੋ ਤੁਸੀਂ ਅੱਗੇ ਲੱਗੋ ਤਾਂ ਸਹੀ ਤੁਸੀਂ ਚੱਲੋਗੇ ਇਹ ਤਾਂ ਤੁਸੀਂ ਨਾ ਇੱਕ ਮੈਨੂੰ ਬੇਵਕੂਫ ਬਣਾਉਣ ਵਾਲੀ ਗੱਲ ਕੀਤੀ ਹੈ ਤੁਸੀਂ ਜਨਾਬ ਬੇਵਕੂਫ ਮੈਂ ਤੁਹਾਨੂੰ ਕਾਹ ਨਹੀਂ ਬਣਾਣਾ ਵੀਰ ਜੀ ਨਹੀਂ ਨਹੀਂ ਤੁਸੀਂ ਬਣਾਇਆ ਤੁਸੀਂ ਤਾਂ ਆਪਣੇ ਕੱਲੇ ਦੀ ਲਾ ਰਹੇ ਮੈਂ ਤੁਹਾਨੂੰ ਕਹਿੰਦਾ ਮੈਂ 20 ਨਹੀਂ ਲਾਉਣਾ ਚਲੋ ਤੁਸੀਂ ਇੱਥੇ ਬੈਠ ਕੇ ਟੈਲੀ ਮੈਂ ਤੁਹਾਨੂੰ ਕਹਿੰਦਾ 20 ਨਹੀਂ ਮੈਂ ਲਾਵਾਂਗਾ ਵੀਰ ਜੀ ਤੁਸੀਂ ਅੱਗੇ ਤਾਂ ਲੱਗੋ ਅੱਗੇ ਤੁਸੀਂ ਲੱਗੋ ਨਾ ਤੁਸੀਂ ਹੁਣ ਲੱਗੇ ਆ ਕਿ ਨਹੀਂ ਅੱਗੇ ਨਹੀਂ ਮੈਂ ਨਹੀਂ ਅੱਗੇ ਲੱਗਿਆ ਮੈਂ ਖੱਪ ਪਾਣ ਜੋ ਗਈ ਆ ਮੈਂ ਤੇ ਸਿਰਫ ਖੱਪ ਪਾ ਸਕਦਾ ਬੈਠ ਕੇ ਉਹ ਇਹਦਾ ਕਰਮ ਹੈ ਇਹ ਬੰਦ ਕਰ ਦਿਓ ਚੈਨਲਾਂ ਨੂੰ ਬੰਦ ਕਰ ਦਿਓ ਨਹੀਂ ਕਿਉਂ ਬੰਦ ਕਰੀਏ ਵੀਰ ਜੀ ਅਸੀਂ ਖੱਪ ਪਾਈਏ ਤੇ ਤੁਹਾਡੇ ਤੇ ਅਸਰ ਹੋਇਆ ਨਾ ਤੁਹਾਨੂੰ ਗੁੱਸਾ ਚੜਿਆ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਜੇ ਅਸੀਂ ਖੱਪ ਨਾ ਪਾਉਂਦੇ ਤੁਹਾਨੂੰ ਗੁੱਸਾ ਕਿਵੇਂ ਚੜਨਾ ਸੀ ਠੀਕ ਹੈ ਨਾ ਗੁੱਸਾ ਨਹੀਂ ਮੈਨੂੰ ਗੁੱਸਾ ਨਹੀਂ ਚੜਿਆ ਮੈਂ ਜੋ ਤੁਸੀਂ ਤੁਹਾਡੀਆਂ ਭਾਵਨਾਵਾਂ ਨਾਲ ਤੁਸੀਂ ਦੱਸੋ ਵੀਰ ਜੀ ਅਸੀਂ ਕੀ ਕਰ ਸਕਦੇ ਚਲੋ ਅਸੀਂ ਖੱਪ ਪਾਣੀ ਬੰਦ ਕਰ ਦਿੰਦੇ ਚੈਨਲ ਬੰਦ ਕਰ ਦਿੰਦੇ ਆ ਤਾਂ ਫਿਰ ਤੁਸੀਂ ਕੀ ਸੋਚਦੇ ਹੋ ਵੀ ਜਿਹੜੀ ਅੱਜ ਤੱਕ ਆਵਾਜ਼ ਬੁਲੰਦ ਹੋਈ ਹੈ ਤੁਸੀਂ ਇਸ ਤਰੀਕੇ ਨਾਲ ਇਹਨੂੰ ਦਬਾਉਣਾ ਚਾਹੁੰਦੇ ਹੋ ਹੋਰ ਕਿਹੜਾ ਤਰੀਕਾ ਤੁਹਾਡੇ ਕੋਲ ਆਵਾਜ਼ ਦਬਾਉਣ ਦਾ ਤੁਸੀਂ ਸਾਨੂੰ ਪ੍ਰੋਵੋਕ ਕਰਕੇ ਆਵਾਜ਼ ਦਬਾਉਣਾ ਚਾਹੁੰਦੇ ਹੋ ਨਾ ਮੈਂ ਦਬਾਈਗਾ ਮੈਂ ਕਿਹਾ ਜੀ ਹੁਣ ਅੱਗੇ ਇੰਨੇ ਸਾਲਾਂ ਦੇ ਕੁੱਟ ਖਾਈ ਜਾਂਦੇ ਤਾਂ ਕੁੱਟ ਖਾਈ ਚਲੋ ਚਲੋ ਵੀਰ ਜੀ ਕੁੱਟ ਖਾਈ ਜਾ ਰਹੀ ਆ ਜਾਂ ਕੁਝ ਹੋ ਰਿਹਾ ਕੁਝ ਤਾਂ ਹਿਲਜੁਲ ਹੋ ਰਹੀ ਹੈ ਨਾ ਕੱਲ ਨੂੰ ਫਿਰ ਉਹ ਕੁੱਟ ਖਾਣ ਵਾਲੀਆਂ ਲਾਠੀਆਂ ਆਪਣੇ ਆਪ ਬੰਦ ਹੋ ਜਾਣਗੀਆਂ ਅਸੀਂ ਕੁਝ ਤਾਂ ਕਰ ਰਹੇ ਹਾਂ ਅਸੀਂ ਤੁਹਾਡੇ ਕੋਲ ਘਰ ਤਾਂ ਨਹੀਂ ਬੈਠੇ ਹੋਏ ਘਰੋਂ ਬੈਠ ਕੇ ਤਾਂ ਫੋਨ ਕਰ ਰਹੇ ਅਸੀਂ ਫਿਰ ਵੀ ਸਾਹਮਣੇ ਆਪਣਾ ਚਿਹਰਾ ਦਿਖਾ ਰਹੇ ਹਾਂ ਤੁਸੀਂ ਲੱਗੋ ਤਾਂ ਸਹੀ ਅੱਗੇ ਸੌਰੀ ਮਾਫ ਕਰਿਓ ਤੁਸੀਂ ਵੀ ਮਤਲਬ ਬਿਨਾਂ ਤਨਖਾਹ ਤੋਂ ਤਾਂ ਨਹੀਂ ਟੀਵੀ ਤੇ ਬੈਠੇ ਮਾਫ ਕਰਿਓ ਮੈਨੂੰ ਨਹੀਂ ਕੋਈ ਗੱਲ ਨਹੀਂ ਤਨਖਾਹ ਜਿਹੜੀ ਹੈ ਨਾ ਉਹ ਤੁਸੀਂ ਬਾਅਦ ਦੀ ਗੱਲ ਛੱਡੋ ਕੋਈ ਗੱਲ ਨਹੀਂ ਸੇਵਾ ਵਾਲਾ ਪੁਆਇੰਟ ਨਾ ਮੈਂ ਉਹ ਕਰਨਾ ਤਨਖਾਹ ਜਿਹੜੀ ਹੈ ਨਾ ਉਹ ਬਾਅਦ ਦੀ ਗੱਲ ਹੈ ਤਰ ਛੱਡ ਦਿਓ ਤੁਸੀਂ ਮੈਂ ਤੁਹਾਡੇ ਨਾਲ ਜਾਣਾ ਚਾਹ ਰਹਾ ਬਗੈਰ ਤਨਖਾਹ ਦੇ ਉਹ ਜਿਹੜਾ ਭੁੱਲਰ ਜੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਕੋਈ ਜੇਲ੍ਹ 'ਚ ਬੈਠਾ ਤਨਖਾਹ ਨਹੀਂ ਲੈ ਰਿਹਾ ਜਾਂ ਫਿਰ ਜਿਹੜੇ ਉਹ ਪਾਲਾ ਸਿੰਘ ਜੀ ਇੱਥੋਂ ਗ੍ਰਿਫਤਾਰ ਕਰਕੇ ਭੇਜੇ ਨੇ ਉਹ ਤਨਖਾਹ ਨਹੀਂ ਲੈ ਰਹੇ ਜਾਂ ਫਿਰ ਜਿਹੜੇ ਬਿੱਟੂ ਜੀ ਅੰਦਰ ਬੰਦ ਨੇ ਉਹ ਤਨਖਾਹ ਨਹੀਂ ਲੈ ਰਹੇ ਗ੍ਰਿਫਤਾਰ ਕਰਨ ਵਾਲੇ ਕੌਣ ਹੈ ਜੀ ਉਹ ਮੈਨੂੰ ਦੱਸਿਓ ਨਾ ਤੁਸੀਂ ਉਹ ਨਾ ਗ੍ਰਿਫਤਾਰ ਕਰਨ ਵਾਲੇ ਜਿਹੜੇ ਕਰਵਾਉਣ ਵਾਲੇ ਤੁਸੀਂ ਲੋਕ ਹੋ ਗ੍ਰਿਫਤਾਰ ਕਰਨ ਵਾਲੇ ਕਰਵਾਉਣ ਵਾਲੇ ਤੁਸੀਂ ਹੋ ਜਿਹੜੇ ਵਿਗਲਾ ਅਗਰ ਅਸੀਂ ਨਾ ਹੁੰਦੇ ਤੇ ਅੱਜ ਤੱਕ ਫੇਰ ਵੀ ਥੋੜੀ ਬਹੁਤੀ ਠੱਲ ਨਾ ਪੈਂਦੀ ਜਿਹੜੀ ਮਾੜੀ ਮੋਟੀ ਠੱਲ ਪਈ ਹੈ ਨਾ ਇਹ ਆਵਾਜ਼ ਚੁੱਕਣ ਕਰਕੇ ਪਈ ਹੈ ਤੁਸੀਂ ਇਸ ਆਵਾਜ਼ ਦੇ ਵਿੱਚ ਵਿਗੜ ਨਾ ਬਣੋ ਇਸ ਆਵਾਜ਼ ਦੇ ਵਿੱਚ ਆਪਣੀ ਆਵਾਜ਼ ਬੁਲਾਓ ਆਓ ਮਿਲ ਕੇ ਕੰਮ ਕਰੀਏ ਛੱਡੋ ਬੁਖਬਰੀ ਕਰਨੀ ਉਹਨਾਂ ਦੀ ਇੰਡੀਅਨ ਗਵਰਨਮੈਂਟ ਦੀ ਪੰਜਾਬ ਜਾ ਕੇ ਦੇਖੋ ਤਾਂ ਸਹੀ ਵੀ ਠੱਲ ਪਈ ਹੋ ਕਿੱਥੇ ਕੀ ਹੋਇਆ ਤਾਂ ਜਾ ਕੇ ਤੁਹਾਨੂੰ ਕਹਿੰਦੇ ਚਲੋ ਤੇਰੇ ਨਾਲ ਮੈਂ ਚੱਲਦਾ ਠੱਲ ਪਈ ਹੈ ਜਾਂ ਨਹੀਂ ਪਈ ਕਿਸੇ ਤਰੀਕੇ ਨਾਲ ਠੱਲ ਪਾਵਾਂਗੇ ਹੀ ਕੋਈ ਨਾ ਕੋਈ ਮਾੜੀ ਮੋਟੀ ਗੱਲ ਹੋਏਗੀ ਹੁਣ ਜ਼ੁਲਮ ਕਿਹੜੇ ਤੱਕ ਕਰਦੇ ਹੋਗੇ ਤੁਸੀਂ ਸਾਡੇ ਤੇ ਤਰੀਕਾ ਵੀ ਤਾਂ ਨਹੀਂ ਕੁਝ ਵੀ ਹੋ ਸਕਦਾ ਚਲੋ ਜਿੱਦਾਂ ਹੋ ਸਕਦਾ ਉਹ ਤਾਂ ਦੱਸੋ ਦੱਸ ਦਿਓ ਕਿੱਦਾਂ ਹੋ ਸਕਦਾ ਤੁਹਾਨੂੰ ਹੁਣ ਦੱਸਿਆ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਜਦੋਂ ਮਰਜ਼ੀ ਕਾਲ ਕਰ ਲਿਓ ਆਪਾਂ ਖੜੇ ਹਾਂ ਮੈਂ ਤੁਹਾਨੂੰ ਕੱਲ ਦੀ ਕਾਲ ਕਰਾਂ ਤੁਸੀਂ ਜਿੱਥੇ ਖੜੇ ਹੋ ਤੇ ਖੜੇ ਹੋਗੇ ਨਾ ਤੁਸੀਂ ਚੱਲਦੇ ਤਾਂ ਹੈ ਨਹੀਂ ਤੁਸੀਂ ਤੇ ਖੜੇ ਹੋਣ ਦਾ ਕੀ ਫਾਇਦਾ ਇਹ ਤਾਂ ਤੁਸੀਂ ਨਾ ਮਤਲਬ ਆਪਣੇ ਗਲਤ ਮਤਲਬ ਕਹਿ ਰਹੇ ਆ ਮੈਂ ਤੁਹਾਨੂੰ ਇਹ ਨਹੀਂ ਜਾਣ ਦੇ ਰਿਹਾ ਗਲਤ ਤੁਸੀਂ ਕਹਿ ਰਹੇ ਆ ਵੀ ਇੱਕ ਬੰਦਾ ਵੀਰ ਜੀ ਹੁਣ ਮੈਂ ਦੱਸੋ ਜੇ ਮੈਂ ਤੁਸੀਂ ਕਹਿੰਦਾ ਗਲਤ ਕਹਿੰਦੇ ਹੋ ਜੇ ਨਾ ਕਹਾਂ ਤੇ ਤੁਸੀਂ ਕਹਿੰਦੇ ਬੰਦ ਕਰਕੇ ਬਹਿ ਜਾਓ ਮੈਂ ਦੱਸੋ ਕੀ ਕਰਾਂ ਨਾ ਸੌਰੀ ਮਾਫ ਕਰਿਓ ਤੁਸੀਂ ਗਲਤ ਇਸ ਵਿੱਚ ਇੱਥੇ ਮੈਂ ਤੁਹਾਨੂੰ ਗਲਤ ਕਹਿ ਰਿਹਾ ਤੁਸੀਂ ਰੋਂਗ ਹੈ ਦੇ ਵਿੱਚ ਨਹੀਂ ਅਸੀਂ ਤਾਂ ਰੋਂਗ ਹੈਗੇ ਹੀ ਆ ਵੀਰ ਜੀ ਮੈਂ ਇਹ ਤਾਂ ਕਹਿ ਹੀ ਨਹੀਂ ਕਿ ਮੈਂ ਰਾਈਟ ਹਾਂ ਮੈਂ ਤਾਂ ਇਹ ਕਹਿ ਰਿਹਾ ਤੁਸੀਂ ਦੱਸੋ ਅਸੀਂ ਰਾਈਟ ਕਿਵੇਂ ਹੋਈਏ ਮੈਂ ਤੁਹਾਡੇ ਕੋਲ ਤਰੀਕਾ ਪੁੱਛਦਾ ਨਹੀਂ ਇਹ ਗੱਲ ਗਲਤ ਸਾਰੀ ਜੋ ਤੁਸੀਂ ਕਹਿ ਰਹੇ ਆ ਜੇ ਮੈਂ ਤੁਹਾਨੂੰ ਇਹ ਕਾਲ ਕੀਤੀ ਇੱਕ ਗੱਲ ਤੁਸੀਂ ਕਿਹਾ ਤੁਸੀਂ ਮੋਹਰੇ ਹੋ ਕੇ ਲੱਗੋ ਮੇਰੇ ਕੱਲੇ ਨਾ ਮੋਹਰੇ ਹੋ ਕੇ ਲੱਗਣੀ ਤੁਸੀਂ ਟੀਵੀ ਤੇ ਬੈਠੇ ਆ ਵੀਰ ਜੀ ਅਸੀਂ ਟੀਵੀ ਤੇ ਬੈਠੇ ਆ ਨਾ ਤੇ ਤੁਸੀਂ ਤਾਂ ਕਹਿ ਰਹੇ ਬੰਦ ਕਰਕੇ ਬਹਿ ਜਾਓ ਅਸੀਂ ਤਾਂ ਬੈਠੇ ਆ ਪਰ ਤੁਸੀਂ ਕਹਿ ਰਹੇ ਬੰਦ ਕਰਕੇ ਬਹਿ ਜਾਓ ਹੁਣ ਦੱਸੋ ਮੈਨੂੰ ਨਹੀਂ ਪਤਾ ਤੁਸੀਂ ਕਿਉਂ ਸਾਡਾ ਵਕਤ ਬਰਬਾਦ ਕਰ ਰਹੇ ਹੋ ਜਾਂ ਕਿਉਂ ਸਾਡਾ ਟਾਈਮ ਵੇਸਟ ਕਰ ਰਹੇ ਹੋ ਕਿਉਂ ਭਟਕਾਉਣਾ ਚਾਹੁੰਦੇ ਹੋ ਜੇ ਮੈਂ ਲਾਈਨ ਕੱਟਦਾ ਤੇ ਫਿਰ ਕਹਿੰਦੇ ਜੀ ਸਾਡੇ ਨਾਲ ਗੱਲ ਨਹੀਂ ਕਰਦਾ ਲਾਈਨ ਕੱਟ ਦਿੰਦਾ ਮੇਰੇ ਖਿਆਲ ਚ ਪੋਜੀਸ਼ਨਾਂ ਮੱਲੀਆਂ ਜਾ ਚੁੱਕੀਆਂ ਹਾਂ ਤੇ ਇਹ ਬਿਹਤਰ ਇਹ ਆ ਵੀ ਆਪਾਂ ਇਸ ਗੱਲ ਦਾ ਜਿਹੜਾ ਤਤਸਾਰ ਆ ਉਹ ਕਰ ਲਈ ਉਹਨਾਂ ਨੇ ਹੁਣ ਮੇਰੇ ਖਿਆਲ ਜਿਹੜਾ ਪੁਆਇੰਟ ਉਹ ਰੱਖਣੇ ਚਾਹੁੰਦੇ ਸੀ ਉਹਨਾਂ ਨੇ ਰੱਖ ਲਿਆ ਉਹ ਪੁਆਇੰਟ ਇਹ ਕਹਿੰਦੇ ਕਿ ਤੁਸੀਂ ਇੱਥੇ ਬੈ ਕੇ ਖੱਪ ਕੇ ਪਾ ਰਹੇ ਹੋ ਤੇ ਕੀ ਕਰੀਏ ਫਿਰ ਮੈਂ ਉਹ ਹੀ ਕਹਿ ਰਿਹਾ ਤੁਸੀਂ ਪੰਜਾਬ ਤੋਂ ਆਏ ਹੋ ਕਿ ਆਪਾਂ ਆਪਣੇ ਆਪਣੇ ਮੋਰਚੇ ਮੱਲ ਕੇ ਇੱਧਰ ਨੂੰ ਕਰੀਏ ਵੀ ਆਪਾਂ ਗੱਲਬਾਤ ਜਿਹੜੀ ਆ ਇਹਦੇ ਬਾਰੇ ਚ ਮੈਂ ਜ਼ਰੂਰ ਇੱਕ ਗੱਲ ਜਿਹੜੀ ਆ ਉਹ ਕਹਿਣੀ ਚਾਹੁੰਦਾ ਹਾਂ ਜ਼ਰੂਰ ਇੱਥੇ ਸਾਡੇ ਕੋਲ ਜਿਹੜਾ ਮੀਡੀਆ ਆ ਇਹ ਸਾਡੇ ਕੋਲ ਇੱਕ ਪਲੇਟਫਾਰਮ ਆ ਜਿੱਥੋਂ ਅਸੀਂ ਆਪਣੀ ਗੱਲ ਜਿਹੜੀ ਆ ਉਹ ਕਹਿ ਸਕਦੇ ਹਾਂ ਜੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨਹੀਂ ਬਣਨ ਦਿੱਤੇ ਜਾਂਦੇ ਆਪਾਂ ਸਿੱਖ ਸ਼ਹਾਦਤ ਦੀ ਵੀ ਗੱਲ ਕੀਤੀ ਜੀ ਕਿ ਸਨ 2000 ਤੋਂ ਰਜਿਸਟਰਡ ਇੱਕ ਮੈਗਜ਼ੀਨ ਜਿਹੜਾ ਲੀਗਲ ਟਰਸਟ ਬਣਿਆ ਹੋਇਆ ਜੀ ਹਰ ਵਾਰ ਉਹਦਾ ਆਡਿਟ ਹੁੰਦਾ ਉਹਦਾ ਜਿੰਨੀਆਂ ਕਾਪੀਜ਼ ਨੇ ਉਹ ਗਵਰਨਮੈਂਟ ਨੂੰ ਭੇਜੀਆਂ ਜਾਂਦੀਆਂ ਔਰ ਜੇਕਰ ਉਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਕੁਝ ਗਲਤ ਛਾਪ ਰਿਹਾ ਤਾਂ ਦੇਰ ਇਜ਼ ਸੈਂਸਰਸ਼ਿਪ ਬੋਰਡ ਜਿਹੜਾ ਉਹਦੇ ਉੱਪਰ ਸੈਂਸਰ ਲਾ ਸਕਦਾ ਉਸ ਕੰਟੈਂਟ ਨੂੰ ਬਲੌਕ ਕਰ ਸਕਦਾ
ਰੇਡ ਕਰਕੇ ਉਹ ਸਾਰਾ ਜਿੰਨਾ ਉੱਥੋਂ ਦਾ ਸਮਾਨ ਆ ਕੰਪਿਊਟਰਸ ਜਿਹੜੇ ਨੇ ਜਿੰਨਾ ਉਹਨਾਂ ਦੇ ਈਵਨ ਸੌਫਟਵੇਅਰਸ ਤੱਕ ਸਰਦਾਰ ਸੇਵਕ ਸਿੰਘ ਜਿਹੜੇ ਸਿੱਖ ਸ਼ਹਾਦਤ 'ਚ ਕੰਮ ਕਰਦੇ ਉਹਨਾਂ ਦਾ ਪਰਸਨਲ ਲੈਪਟਾਪ ਜਿਹਦੇ ਵਿੱਚ ਉਹਨਾਂ ਦਾ PhD ਦਾ ਥੀਸਿਸ ਦਾ ਸਾਰਾ ਕੰਮ ਜਿਹੜਾ ਉਹ ਪਿਆ ਹੋਇਆ ਉਹ ਸਾਰਾ ਕੁਛ ਚੁੱਕ ਕੇ ਲੈ ਗਏ ਉਸ ਤੋਂ ਬਾਅਦ 'ਚ ਯੂਨੀਵਰਸਿਟੀ ਆਏ ਉਹਨਾਂ ਨੂੰ ਨਾਲ ਲੈ ਕੇ ਯੂਨੀਵਰਸਿਟੀ ਜਿੰਨੇ ਡਾਕੂਮੈਂਟਸ ਪਏ ਸੀ ਉਹਨਾਂ ਦੇ ਜਿਹੜੇ ਉਹਨਾਂ ਨੇ ਗੁਰਬਾਣੀ ਸੰਬੰਧੀ ਸੌਫਟਵੇਅਰਸ ਤਿਆਰ ਕਰਵਾਏ ਸੀਗੇ ਜਿੰਨੀਆਂ ਕਿਤਾਬਾਂ ਉਹਨਾਂ ਦੇ ਕੋਲ ਈ ਬੋਮ ਦੇ ਵਿੱਚ ਪਈਆਂ ਹੋਈਆਂ ਸੀ CDs ਦੇ ਉਹ ਸਾਰੇ ਦੀ ਪੰਡ ਬੰਨ ਕੇ ਲੈ ਗਏ ਔਰ ਉਹਨਾਂ ਵਿੱਚੋਂ ਇੱਕ ਵੀ ਚੀਜ਼ ਜਿਹੜੀ ਉਹ ਵਾਪਸ ਨਹੀਂ ਕੀਤੀ ਗਈ ਉਹਨਾਂ ਦਾ ਈਮੇਲ ਦਾ ਪਾਸਵਰਡ ਲੈ ਕੇ ਬਦਲਤਾ ਜਿਹਦੇ ਵਿੱਚ ਉਹਨਾਂ ਦੇ PhD ਥੀਸਿਸ ਦਾ ਬੈਕਅਪ ਪਿਆ ਹੋਇਆ ਸੀਗਾ ਹੁਣ ਇਹਨਾਂ ਸੱਜਣ ਨੂੰ ਇਹ ਗੱਲ ਪੁੱਛੀ ਜਾਵੇ ਕਿ ਆਹ ਗੱਲ ਜਿਹੜੀ ਤੁਸੀਂ ਹੁਣ ਗਾਜ਼ੀ ਸਾਹਿਬ ਕੀਤੀ ਹੈ ਇਹ ਗੱਲ ਕਿਸੇ ਨੂੰ ਵੀ ਅੱਜ ਤੱਕ ਨਹੀਂ ਪਤਾ ਹੋਣੀ ਕਿਉਂਕਿ ਉੱਥੇ ਦੇ ਮੀਡੀਆ ਦੀ ਵੀ ਆਵਾਜ਼ ਦਬਾ ਦਿੱਤੀ ਜਾਂਦੀ ਹੈ ਅਗਰ ਅਸੀਂ ਇਹਨਾਂ ਮੁਲਕਾਂ 'ਤੇ ਬੈਠ ਕੇ ਤੁਹਾਨੂੰ ਪਲੇਟਫਾਰਮ ਦੇ ਰਹੇ ਹਾਂ ਤਾਂ ਇਸ ਪਲੇਟਫਾਰਮ ਨੂੰ ਲੈਣ ਦੇ ਵਿੱਚ ਇਤਰਾਜ਼ ਕਿਉਂ ਹੋ ਰਿਹਾ ਕਿਉਂ ਬਾਰ ਬਾਰ ਇਹੋ ਇੱਕੋ ਹੀ ਕੁਐਸਚਨ ਕੀਤਾ ਜਾਂਦਾ ਕਿ ਤੁਸੀਂ ਇੱਥੇ ਬੈਠੇ ਇੱਥੇ ਬੈਠ ਕੇ ਹੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਹੁਣ ਜਿਹੜੇ ਖਿਮਾ ਕਰਨੀ ਜਿਹੜੀਆਂ ਚਲੋ ਮੈਂ ਬੰਗਲਾਦੇਸ਼ ਦੀ ਗੱਲ ਲੈ ਲੈਣਾ ਬੰਗਲਾਦੇਸ਼ ਕਲਕੱਤਾ ਦੇ ਇੱਕ ਹੋਟਲ ਦੇ ਵਿੱਚ ਬੈਠ ਕੇ ਬਣਾਇਆ ਗਿਆ ਸੀ ਜੇ ਆਪ ਜੀ ਨੂੰ ਪਤਾ ਹੋਵੇ ਤਾਂ ਹੁਣ ਜੇ ਉਹਨੂੰ ਕਹਿੰਦੇ ਤੁਸੀਂ ਕਲਕੱਤਾ ਬੈਠ ਕੇ ਬੰਗਲਾਦੇਸ਼ ਦੀ ਗੱਲ ਕਿਉਂ ਕਰ ਰਹੇ ਹੋ ਤਾਂ ਇਹ ਤਾਂ ਇੱਕ ਬਹੁਤ ਯਾਨੀ ਕਿ ਇੱਕ ਨਾ ਸਮਝੀ ਵਾਲੀ ਗੱਲ ਹੈ ਕਿ ਜਿਹੜੇ ਕਹਿੰਦੇ ਆ ਕਿ ਇੱਥੇ ਬੈਠ ਕੇ ਕਿਸੇ ਵੀ ਕੌਮ ਦਾ ਜਿਹੜਾ ਡਾਇਸਪੋਰਾ ਆ ਡਾਇਸਪੋਰਾ ਮਤਲਬ ਕਿ ਜਿਹੜੇ ਆਪਣੀ ਬੁਨਿਆਦੀ ਧਰਤੀ ਜਿੱਦਾਂ ਸਾਡੀ ਪੰਜਾਬ ਆ ਸਿੱਖਾਂ ਦੀ ਜਿੱਥੋਂ ਸਾਡਾ ਧਰਮ ਦਾ ਜਨਮ ਹੋਇਆ ਸਾਰਾ ਕੁਛ ਹੋਇਆ ਜਿਹੜੇ ਉਹਦੇ ਉੱਪਰ ਨਹੀਂ ਬੈਠੇ ਹੋਏ ਪਾਸੇ ਤੇ ਬੈਠੇ ਹੋਏ ਆ ਉਹਨਾਂ ਦਾ ਇੱਕ ਆਪਣਾ ਰੋਲ ਹੈ ਬਜਾਏ ਇਸਦੇ ਕਿ ਅਸੀਂ ਇਹ ਕਹੀਏ ਕਿ ਉੱਥੇ ਚੱਲੋ ਜਾਂ ਹਟਾ ਦਿਓ ਦੇਖੋ ਇੱਟਾਂ ਖੜਕਾਉਣੀਆਂ ਜਾਂ ਇਹ ਮਤਲਬ ਪਤਾ ਨਹੀਂ ਹੁਣ ਕਿਸ ਤਰ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਡਾਇਸਪੋਰਾ ਦਾ ਆਪਣਾ ਇੱਕ ਰੋਲ ਹੈ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖਣਾ ਚਾਹੀਦਾ ਕਿ ਬੀਂਗ ਏ ਪਾਰਟ ਆਫ ਸਿੱਖ ਡਾਇਸਪੋਰਾ ਅਸੀਂ ਬਾਹਰ ਬੈਠੇ ਹੋਏ ਆਪਣਾ ਬਣਦਾ ਹੋਇਆ ਫਰਜ਼ ਨਿਭਾ ਰਹੇ ਹਾਂ ਜੇ ਅਸੀਂ ਇੱਥੇ ਨਹੀਂ ਨਿਭਾ ਰਹੇ ਤਾਂ ਫਿਰ ਅਸੀਂ ਉੱਥੇ ਕਿਤੇ ਵੀ ਨਿਭਾ ਸਕਦੇ ਫਿਰ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਕਿਉਂਕਿ ਜਿਹੜਾ ਜਿੱਥੇ ਮਰਜ਼ੀ ਚਲਾ ਜਾਵੇ ਜੇ ਜਿਸ ਨੇ ਕੁਛ ਕਰਨਾ ਹੈ ਉਹਨੇ ਉੱਥੇ ਵੀ ਬੈਠ ਕੇ ਕਰ ਦੇਣਾ ਇੱਕ ਕਾਲ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਮੈਂ ਸੁਖਨਿੰਦਰ ਸਿੰਘ ਖਾਲਸਾ ਬੋਲ ਰਿਹਾ ਜੀ ਖਾਲਸਾ ਸਾਹਿਬ ਸਵਾਗਤ ਹੈ ਆਪ ਜੀ ਦਾ ਠੀਕ ਠਾਕ ਹੋ ਚੜ੍ਹਦੀ ਕਲਾ ਜੀ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਦੋ ਕੁ ਮਿੰਟ ਮਾਫ਼ ਕਰਨਾ ਜਿਹੜੀ ਆਪਣੀ ਜੋ ਸਿੱਖਾਂ ਦਾ ਬਖਰੇਵਾ ਹੋ ਰਿਹਾ ਇਹ 1947 ਚ ਵੀ ਜਿਹੜੇ ਆਪਣੇ ਸਿੱਖ ਲਾਇਨਪੁਰ ਸੁਖਿੰਦਰ ਸਿੰਘ ਸਾਹਿਬ ਤੁਹਾਡੀ ਆਵਾਜ਼ ਕੱਟ ਕੱਟ ਕੇ ਆ ਰਹੀ ਹੈ ਆਪਣੀ ਗੱਲ ਦੁਬਾਰਾ ਸ਼ੁਰੂ ਕਰਨਾ ਤੁਹਾਡੀ ਆਵਾਜ਼ ਕੱਟ ਕੱਟ ਕੇ ਆ ਰਹੀ ਹੈ ਹਾਂਜੀ ਡਾਕਟਰ ਸਾਹਿਬ ਜਿਹੜਾ ਆਪਣਾ ਦੂਸਰਾ ਕਿ ਨਹੀਂ ਅੱਜ ਨਹੀਂ ਗੱਲ ਸ਼ੁਰੂ ਹੋਈ ਸਾਡੇ ਨਾਲ ਤ੍ਰਿਵੇਂ ਦੀ ਜੀ 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 ਇਹ 1947 ਤੋਂ ਹੀ ਜਦੋਂ ਸਿੱਖਾਂ ਨੂੰ ਉਧਰੋਂ ਪਾਕਿਸਤਾਨ ਤੋਂ ਇੱਧਰ ਲਿਆਂਦਾ ਗਿਆ ਪੰਜਾਬ 'ਚ ਕਿਸੇ ਨੂੰ ਪੰਜਾਬ 'ਚ ਨਹੀਂ ਉਤਰਨ ਦਿੱਤਾ ਗਿਆ ਜੀ ਉਹ ਸਾਰਿਆਂ ਨੂੰ ਪੰਜਾਬ ਤੋਂ ਬਾਹਰ ਕੱਟਿਆ ਗਿਆ ਜੀ ਪਿਛਲੇ ਆਪਾਂ 25 ਸਾਲ ਤੋਂ ਦੇਖੀਏ ਤੇ ਪੰਜਾਬ ਦੇ ਵਿੱਚ ਸਿੱਖ ਜਿਹੜੇ ਮਿਨੋਰਟੀ 'ਚ ਆ ਇਸ ਵੇਲੇ ਬਿਲਕੁਲ ਬਿਲਕੁਲ ਕਿਉਂਕਿ ਜਿਹੜੀ ਪੰਜਾਬ ਦੀ ਜਿਹੜੀ ਸੈਂਸਸ ਆ ਉਹਦੇ ਮੁਤਾਬਕ ਆਪਾਂ 46% ਰਹਿ ਗਏ ਆ 54% ਹਿੰਦੂ ਆਬਾਦੀ ਹੋ ਗਈ ਆ ਜੀ ਬਿਲਕੁਲ ਤੇ ਦੂਸਰਾ ਇਹ ਆ ਤੇ ਜਿਹੜੇ ਇੱਕ ਹੋਰ ਸਾਡੇ ਜਿਹੜੀ ਕਿਹੜੇ ਹਿਡਨ ਅਟੈਕ ਹੋ ਰਹੇ ਆ 1977 ਵਾਸਤੇ ਤੋਂ ਲੈ ਕੇ ਜਿਹੜੇ ਕਾਨਵੈਂਟ ਸਕੂਲ ਖੁੱਲ ਰਹੇ ਆ ਹਾਂ ਹਾਂ ਉਹਦੇ ਵਿੱਚ ਸਾਡੀ ਪੰਜਾਬੀ ਬਿਲਕੁਲ ਖਤਮ ਹੋ ਰਹੀ ਆ ਅਸੀਂ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਜੀ ਅੱਗੇ ਜੇ ਆਪਾਂ ਦੂਏ ਗਵਰਨਮੈਂਟ ਸਕੂਲਾਂ 'ਚ ਪੜ੍ਹਦੇ ਸੀ ਕਮ ਸੇ ਕਮ ਜੇ 5-7 ਸਾਲ ਪੜ੍ਹ ਜਾਂਦੇ ਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਪਾਣੀ ਜੋਗੇ ਹੋ ਜਾਈਦਾ ਸੀ ਹੁਣ ਅੱਜ ਸਾਨੂੰ ਉਹਨਾਂ ਬੱਚਿਆਂ ਨੂੰ ਘਰੇ ਇਹ ਤੁਸੀਂ ਕਰਦਾ ਵੀ ਇਹਨਾਂ ਨੂੰ ਸਕੂਲਾਂ 'ਚ ਪੜ੍ਹਾਓ ਤੇ ਮਗਰ ਉਹਨਾਂ ਨੂੰ ਨਾ ਪੰਜਾਬੀ ਆਉਂਦੀ ਆ ਨਾ ਅੰਗਰੇਜ਼ੀ ਆਉਂਦੀ ਆ ਤੇ ਦੂਸਰਾ ਇਹ ਆ ਕਿ ਜਿਹੜੀ ਇੱਕ ਨਹੀਂ ਇੱਕ ਜੋ ਬਹੁਤ ਚਿਰ ਤੋਂ ਮੈਂ ਅੱਗੇ ਵੀ ਜਦੋਂ ਕਿਉਂਕਿ ਸੇਵਾ ਕਰਦੇ ਰਹੇ ਆ ਪੰਥ ਦੀ ਜੀ ਜੀ ਔਰ ਬੇਨਤੀ ਕਰਦੇ ਆ ਕਿ ਸਾਡਾ ਦੁਸ਼ਮਣ ਜਿਹੜਾ ਬਹੁਤ ਚਲਾਕ ਆ ਉਹਦੇ ਕੋਲ ਥਿੰਕ ਟੈਂਕ ਆ ਸਾਢੇ 300 IPS ਆਫਿਸਰ ਜਿਹੜਾ ਹੁਣ ਇਸ ਕੰਮ ਤੇ ਲਾਇਆ ਕਿ ਮਿਨੋਰਟੀ ਨੂੰ ਕਿੱਦਾਂ ਰੂਲ ਕਰਨਾ ਜੀ ਜੀ ਬਿਲਕੁਲ 700 ਕਰੋੜ ਦਾ ਉਹਦਾ ਬਜਟ ਆ ਸਾਲਾਨਾ ਜੀ ਤੇ ਸਾਡੇ ਅਸੀਂ 5 ਸਿੰਘ ਬਹਿ ਕੇ ਗੁਰਮਤਾ ਨਹੀਂ ਕਰ ਸਕਦੇ ਤੇ ਪਰਮਜੀਤ ਸਿੰਘ ਆਏ ਇਹਨਾਂ ਨੂੰ ਕਹੋ ਜੇ ਲੜਾਈ ਲੜਨੀ ਆ ਬੜੀ ਲੰਮੀ ਲੜਾਈ ਆ ਪਹਿਲਾਂ ਇੱਕ ਥਿੰਕ ਟੈਂਕ ਬਣਾਓ ਜਿਹੜੇ ਕਿ ਪਿੱਛੇ ਬੈਕ ਦੇ ਤੁਹਾਨੂੰ ਸਾਰੀ ਪਲੈਨਿੰਗ ਕਰਕੇ ਦੇਣ ਜੀ ਬਿਲਕੁਲ ਔਰ ਉਹਨਾਂ ਨੂੰ ਐਕਸਪੋਜ ਮਤ ਕਰੋ ਉਹਨਾਂ ਨੂੰ ਇਹ ਨਾ ਕਹੋ ਵੀ ਤੂੰ ਮੁਰੇ ਆ ਕੇ ਆਪਣੇ ਡੈਮੋਸਟ੍ਰੇਸ਼ਨ ਚ ਪਾਰਟਿਸਿਪੇਟ ਕਰ ਹਾਂ ਬਿਲਕੁਲ ਅਰੇ ਸਾਰਿਆਂ ਦੇ ਵਿੱਚੋਂ ਜੇ 300 ਉਹਨਾਂ ਦਾ ਬੰਦਾ ਆ ਜਿਹੜਾ IPS ਅਫਸਰ ਆ ਉਹਦੇ ਥੱਲੇ ਇੱਕ ਡਿਸਟ੍ਰਿਕਟ ਆਉਂਦਾ ਹੁਣ ਸਿਰਫ ਹੋਰ ਜਿਹੜਾ PC ਲਗਾ ਉਹ ਵੀ IPS ਉਹਨਾਂ ਤੋਂ ਸਿਰਫ ਐਫਰੈਂਸ ਲੈ ਕੇ ਉਹਨੂੰ ਸਿਰਫ ਦੁਆਈ ਕਰਨਾ ਫਾਈਨਲਾਈਜ਼ ਉਹ ਇਸ ਲਈ ਸਾਡੀ ਲੜਾਈ ਜਿਹੜੀ ਲੜਨੀ ਚਾਹੁੰਦੇ ਜਾਂ ਸਿੱਖ ਕੌਮ ਨੂੰ ਸਰਵਾਈਵ ਕਰਨਾ ਚਾਹੁੰਦੇ ਤਾਂ ਸਾਨੂੰ ਆਪਣੇ ਜਿਹੜੀ ਉਹਦਾ ਕਾਊਂਟਰ ਅਟੈਕ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਖਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਸਾਹਿਬ ਨੇ ਜਿਹੜੀ ਗੱਲ ਕਹੀ ਗਾਜ਼ੀ ਸਾਹਿਬ ਉਹਨਾਂ ਨੇ ਤੁਹਾਨੂੰ ਇੱਕ ਸਲਾਹ ਦਿੱਤੀ ਹੈ ਮਸ਼ਵਰਾ ਦਿੱਤਾ ਕਿ ਇੱਕ ਸਿੱਖ ਥਿੰਕ ਟੈਂਕ ਜਿਹੜਾ ਕਿ ਅਸੀਂ ਅੱਜ ਤੱਕ ਨਹੀਂ ਬਣਾ ਸਕੇ
ਜਿਸ ਤਰ੍ਹਾਂ ਅਸੀਂ ਵੀ ਆ ਤੁਸੀਂ ਵੀ ਜਿਸ ਤਰ੍ਹਾਂ ਪਹਿਲੇ ਕਾਲਰ ਨੇ ਵੀ ਕਿਹਾ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਇੱਥੇ ਕਿਉਂ ਨਹੀਂ ਜਾਂਦੇ ਸੁਖਰਿੰਦਰ ਸਿੰਘ ਸਾਹਿਬ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ ਕਿ ਜਿਹੜਾ ਸਿੱਖ ਥਿੰਕ ਟੈਂਕ ਹੈ ਨਾ ਜਿਹੜਾ ਆਪਣੇ ਥਿੰਕ ਟੈਂਕ ਉਹ ਤਾਂ ਰਹਿੰਦਾ ਇੰਨਾ ਕੁ ਪਿੱਛੇ ਹੈ ਕਿ ਉਹ ਕਦੀ ਕਿਸੇ ਮੁਜ਼ਾਹਰੇ ਵਿੱਚ ਵੀ ਨਹੀਂ ਹਿੱਸਾ ਲੈਂਦਾ ਕਦੀ ਕਿਸੇ ਨੇ ਉਹਨੂੰ ਦੇਖਿਆ ਵੀ ਨਹੀਂ ਹੁੰਦਾ ਔਰ ਇਹ ਜਿਹੜੀਆਂ ਇੱਥੋਂ ਦੀਆਂ ਬਰਤਾਨਵੀ ਪਾਰਟੀਆਂ ਨੇ ਨਾ ਉਹਨਾਂ ਦੇ ਪਿੱਛੇ ਵੀ ਉਹ ਲੋਕ ਨੇ ਇਹ ਪਾਰਟੀਆਂ ਦੇ ਅੱਗੇ ਜਿਹੜੇ ਚਿਹਰੇ ਆਉਂਦੇ ਨੇ ਉਹਨਾਂ ਦੇ ਪਿੱਛੇ ਪਤਾ ਨਹੀਂ ਕਿੰਨੇ ਚਿਹਰੇ ਛੁਪੇ ਹੁੰਦੇ ਨੇ ਬਹੁਤ ਅੱਛੀ ਗੱਲ ਕਹੀ ਖਾਲਸਾ ਸਾਹਿਬ ਨੇ ਕਿ ਇਹ ਅੱਜ ਤੱਕ ਅਸੀਂ ਸਿੱਖ ਨਹੀਂ ਕਰ ਸਕੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਅਸਲ ਦੇ ਵਿੱਚ ਇੱਕ ਟੋਨ ਹੁੰਦੀ ਹੈ ਜੀ ਸੈਲਫ ਕ੍ਰਿਟਿਸਿਜ਼ਮ ਦੀ ਗੱਲ ਉਹੀ ਹੁੰਦੀ ਹੈ ਪਰ ਅਸੀਂ ਉਹਦੇ ਕਹਿਣ ਦੇ ਪਿੱਛੇ ਭਾਵਨਾ ਕੀ ਕੰਮ ਕਰ ਰਹੀ ਹੈ ਇਹ ਗੱਲ ਹੁੰਦੀ ਸਾਡਾ ਕਿਉਂਕਿ ਭਾਈ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਉਹ ਬਹੁਤੀ ਜ਼ਿਆਦਾ ਭਾਰੂ ਨਹੀਂ ਸੀਗੀ ਆਮ ਤੌਰ ਦੇ ਉੱਪਰ ਜਿੰਨਾ ਕੁ ਮੈਂ ਪਿਛਲੇ 7 ਸਾਲ 'ਚ 8 ਸਾਲ 'ਚ ਵਿਚਰਿਆ ਆ ਸਾਡੇ ਬੰਦੇ ਜਦੋਂ ਵੀ ਗੱਲ ਕਰਦੇ ਆ ਉਹ ਉਸੇ ਟੋਨ ਦੇ ਵਿੱਚੋਂ ਹੀ ਬੋਲਦੇ ਆ ਉਹਦੇ ਨਾਲ ਕੀ ਹੈ ਕਿ ਗੱਲਾਂ ਜਿਹੜੀਆਂ ਹਨ ਬਿਲਕੁਲ ਉਹ ਡਿਲਿਊਟ ਹੋ ਜਾਂਦੀਆਂ ਉਹ ਅਸਲੀ ਚੀਜ਼ ਜਿਹੜੀ ਆ ਉਹਦੀ ਸ਼ਨਾਖਤ ਨਹੀਂ ਹੁੰਦੀ ਸੋ ਇਹਨਾਂ ਦੀ ਗੱਲ ਜਿਹੜੀ ਆ ਉਹ ਵਾਜਬ ਹੈ ਪਰ ਇਹ ਗੱਲ ਨਹੀਂ ਕਿ ਕਦੀ ਵੀ ਸਿੱਖਾਂ ਦੇ ਕੋਲ ਨਹੀਂ ਰਿਹਾ ਹਰ ਇੱਕ ਸਮੇਂ ਦੇ ਮੁਤਾਬਕ ਰਹੇ ਨੇ ਉਹ ਠੀਕ ਹੈ ਕਿ ਅੱਜ ਸਾਨੂੰ ਲੱਗਦਾ ਕਿ ਦੇਸ਼ ਦੇ ਰੂਪ ਦੇ ਵਿੱਚ ਸਕਸੈਸ ਸਾਡੇ ਹੱਥ ਦੇ ਵਿੱਚ ਨਹੀਂ ਆਈ ਇਸ ਕਰਕੇ ਅਸੀਂ ਉਹਨਾਂ ਨੂੰ ਥੋੜਾ ਜ਼ਿਆਦਾ ਕ੍ਰਿਟੀਸਾਈਜ਼ ਕਰ ਲੈਂਦੇ ਹਾਂ ਜਿੱਥੋਂ ਤੱਕ ਬੀਤੇ ਦੀ ਗੱਲ ਮੇਰੇ ਖਿਆਲ ਆਪਾਂ ਨਾ ਕਰੀਏ ਕਿਉਂਕਿ ਸਮਾਂ ਵੀ ਸੀਮਿਤ ਹੋਏਗਾ ਸਮਾਂ ਆਪਣੇ ਕੋਲ ਥੋੜਾ ਜਿਹਾ ਰਹਿ ਗਿਆ ਮੈਂ ਹਲੇ ਤੁਹਾਡੇ ਕੋਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਗੱਲ ਵੀ ਕਰਨੀ ਹੈ ਆਪਾਂ ਇਹ ਗੱਲ ਥੋੜੀ ਜਿਹੀ ਜ਼ਰੂਰ ਕਰਨੀ ਚਾਹੂੰਗਾ ਹਾਂ ਕਰੋ ਜੀ ਜੀ ਕਿ ਅੱਜ ਦੇ ਸਮੇਂ ਦੇ ਮੁਤਾਬਕ ਜੋ ਅਸੀਂ ਸਮਝਦੇ ਹਾਂ ਕਿ ਸਾਡੀ ਅਗਲੀ ਪੀੜ੍ਹੀ ਦਾ ਰੋਲ ਹੈ ਜਿੱਥੇ ਵੀ ਕਿਤੇ ਕਾਲਜ ਦੇ ਵਿੱਚ ਜਾਓ ਯੂਨੀਵਰਸਿਟੀ ਦੇ ਵਿੱਚ ਜਾਓ ਸਾਰੀਆਂ ਅਲਾਮਤਾਂ ਜਿੰਨੀਆਂ ਇਹਨਾਂ ਨੇ ਗਣਾਈਆਂ ਨੇ ਹਨਾ 47 ਤੋਂ ਉਸ ਤੋਂ ਪਿੱਛੋਂ ਵੀ ਕਈ ਸ਼ੁਰੂ ਕਰਦੇ ਆ ਉਹ ਗੱਲਾਂ ਸਹੀ ਨੇ ਸਾਰੀਆਂ ਉਹ ਕਰਕੇ ਕਹਿੰਦੇ ਕਿ ਦੱਸੋ ਹੁਣ ਕਰਨਾ ਕੀ ਹੈ ਹੁਣ ਸਾਡੀ ਜਿਹੜੀ ਪੀੜ੍ਹੀ ਹੈ ਜੋ ਸਿੱਖਾਂ ਦੀ ਹਾਲਤ ਆ ਅਸੀਂ ਇਹ ਸਮਝਦੇ ਹਾਂ ਕਿ ਇਹ ਕੋਈ ਪੁੜੀ ਵਾਲਾ ਜਾਂ ਪੱਕੀ ਪਕਾਈ ਵਾਲਾ ਹਿਸਾਬ ਨਹੀਂ ਹੈਗਾ ਇਹ ਸਾਡੀ ਜਨਰੇਸ਼ਨ ਨੇ ਸਾਡੀ ਅਗਲੀ ਪੀੜ੍ਹੀ ਨੇ ਡਿਸਾਈਡ ਕਰਨਾ ਕਿ ਅਸੀਂ ਕਰਨਾ ਕੀ ਹੈ ਬਿਲਕੁਲ ਸੋ ਉਹ ਤਾਂ ਹੋਣਾ ਜੇਕਰ ਅਸੀਂ ਬੇਸਿਕ ਗੱਲਾਂ ਉੱਪਰੋਂ ਪਰਤਾਂ ਫਰੋਲਣ ਦੀ ਬਜਾਏ ਕੋਰ ਨੂੰ ਫੜਨ ਦੀ ਕੋਸ਼ਿਸ਼ ਕਰੀਏ ਗੱਲਾਂ ਸਾਰੀਆਂ ਉਹੀ ਨੇ ਫੈਕਟ ਆਪਣੇ ਆਪ ਦੇ ਵਿੱਚ ਕੁਛ ਨਹੀਂ ਹੈਗੇ ਉਹਨਾਂ ਨੂੰ ਦੇਖਣ ਦਾ ਨਜ਼ਰੀਆ ਕੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਨਜ਼ਰੀਏ ਤੋਂ ਦੇਖ ਕੇ ਗੱਲਾਂ ਦੀ ਸ਼ਨਾਖਤ ਕਰਕੇ ਅੱਗੇ ਦਾ ਰਾਹ ਜਿਹੜਾ ਆ ਉਹ ਲਿਖਿਆ ਜਾਵੇ ਕੋਈ ਵੀ ਕਦੀ ਏਦਾਂ ਕੋਈ ਰੱਬੀ ਰਹਿਮਤ ਹੋ ਜਾਵੇ ਤਾਂ ਵੱਖਰੀ ਗੱਲ ਹੁੰਦੀ ਹੈ ਵੈਸੇ ਮਤਲਬ ਆਪ ਜਿਹੜਾ ਆ ਉਹ ਮਿਹਨਤ ਕਰਕੇ ਹੀ ਮਤਲਬ ਲੈਣੀ ਚਾਹੀਦੀ ਹੈ ਪੱਕੀਆਂ ਪਕਾਈਆਂ ਸਿਰਫ ਮੈਂ ਤਾਂ ਇਹੀ ਕਹਿੰਦਾ ਵੀ ਮਾਤਾ ਦੇ ਛਾਬੇ ਚੋਂ ਹੀ ਮਿਲਦੀਆਂ ਦੁਨੀਆਂ 'ਚ ਹੋਰ ਕਿਤੇ ਨਹੀਂ ਤੁਹਾਨੂੰ ਆਪ ਪਕਾਉਣੀਆਂ ਪੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਹੇ ਸੀ ਮੈਂ ਜਸਵਿੰਦਰ ਸਿੰਘ ਬੋਲ ਰਿਹਾ ਜੀ ਲੰਡਨ ਤੋਂ ਜੀ ਜਸਵਿੰਦਰ ਸਿੰਘ ਸਾਹਿਬ ਸਵਾਗਤ ਹਾਂਜੀ ਮੈਂ ਪਰਮਜੀਤ ਸਿੰਘ ਗਾਜੀ ਸਾਹਿਬ ਜੀ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਵੀ ਆਪਣੇ ਸਿੱਖੀਜ਼ਮ ਚ ਓਬਸਟੈਕਲ ਤਾਂ ਬਹੁਤ ਜ਼ਿਆਦਾ ਨੇ ਜੀ ਹਨਾ ਜੀ ਇੱਕ ਬਹੁਤ ਮੇਨ ਓਬਸਟੈਕਲ ਆਇਆ ਡਾਇਵਰਸਿਟੀ ਇਨ ਸਿੱਖ ਰਿਲੀਜੀਅਨ ਡਾਇਵਰਸਿਟੀ ਜਿਹਨੂੰ ਕਿ ਹਾਂ ਜਿਹਨੂੰ ਆਪਾਂ ਡੇਰਾਵਾਦ ਕਹਿ ਲਈਏ ਹਨਾ ਡੇਰਾਵਾਦ ਬਹੁਤ ਜਿਹੜੇ ਕਿ ਹੁਣ ਮੇਰੇ ਕਈ ਮਤਲਬ ਕਹਿੰਦੇ ਆਪਾਂ ਡੇਰਾਵਾਦ ਇੱਕ ਬਹੁਤ ਵੱਡਾ ਓਬਸਟੈਕਲ ਆ ਸਿੱਖ ਰਿਲੀਜੀਅਨ ਜੀ ਜੀ ਤੇ ਇਸ ਡੇਰਾਵਾਦ ਨਾਲ ਨਿਪਟਣ ਲਈ ਗਾਜੀ ਸਾਹਿਬ ਮਤਲਬ ਕੀ ਆਪਾਂ ਕਰ ਸਕਦੇ ਹਾਂ ਕਿਉਂਕਿ ਬਹੁਤ ਨਜ਼ਦੀਕੀ ਕਈ ਬੰਦੇ ਇਹੋ ਜਿਹੇ ਨੇ ਜੋ ਕਿ ਡੇਰਾਵਾਦ ਦੇ ਸ਼ਿਕਾਰ ਵੀ ਨੇ ਸ਼ਿਕਾਰ ਕਹਿ ਸਕਦੇ ਹਾਂ ਉਹ ਸਿੱਖ ਨੇ ਮਤਲਬ ਸਭ ਕੁਛ ਆਪਣੇ ਬਟ ਉਹ ਕਹਿ ਸਕਦੇ ਡੇਰਾਵਾਦ ਖਿਲਾਫ਼ ਇੱਕ ਗੱਲ ਵੀ ਨਹੀਂ ਸੁਣ ਸਕਦੇ ਹੈਗੇ ਜਸਵਿੰਦਰ ਸਿੰਘ ਹੋਰ ਵੀ ਕੋਈ ਸਵਾਲ ਹੈ ਤੁਹਾਡਾ ਹਾਂਜੀ ਇਸ ਤੋਂ ਇਲਾਵਾ ਵੀ ਕੋਈ ਸਵਾਲ ਕਰਨਾ ਚਾਹੁੰਦੇ ਹੋ ਇਸ ਤੋਂ ਇਲਾਵਾ ਕਿ ਇਹ ਜੇ ਆਪਣਾ ਜੇ ਆਪਾਂ ਇਕਜੁੱਟ ਹੋਈਏ ਮਤਲਬ ਕਿ ਇਹ ਡੇਰਾਵਾਦ ਵੀ ਇੱਕ ਓਬਸਟੈਕਲ ਆ ਪੋਲਿਟਿਕਸ ਤੋਂ ਇਲਾਵਾ ਤੇ ਹੋਰ ਹਰ ਚੀਜ਼ ਤੋਂ ਇਲਾਵਾ ਇਹਦੇ ਇਹਨੂੰ ਨਜਿੱਠਣ ਲਈ ਆਪਾਂ ਕੀ ਕਰ ਸਕਦੇ ਹਾਂ ਰਾਈਟ ਥੈਂਕ ਯੂ ਜਸਵਿੰਦਰ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਦੋ ਸਵਾਲ ਕੀਤੇ ਜਸਵਿੰਦਰ ਸਿੰਘ ਸਾਹਿਬ ਜੀ ਨੇ ਇੱਕ ਡੇਰਾਵਾਦ ਬੜਾ ਹਾਵੀ ਹੋ ਰਿਹਾ ਪੰਜਾਬ ਦੇ ਵਿੱਚ ਤੁਸੀਂ ਯੂਥ ਹੋ ਖਾਸ ਕਰਕੇ ਸਾਡੀਆਂ ਮਾਤਾਵਾਂ ਭੈਣਾਂ ਨੂੰ ਬਹੁਤ ਜ਼ਿਆਦਾ ਪਿੱਛੇ ਲਗਾ ਰਹੇ ਨੇ ਔਰ ਆਪਣੇ ਉਹ ਘਰ ਵਾਲਿਆਂ ਨੂੰ ਫਿਰ ਨਾਲ ਲੈ ਕੇ ਆਉਂਦੀਆਂ ਨੇ ਜਿਹਦੇ ਬਾਰੇ ਬੜੀਆਂ ਸਾੜੀਆਂ ਸਾਡੇ ਕੋਲ ਹਾਂਜੀ ਦੂਸਰਾ ਉਹਨਾਂ ਨੇ ਕਿਹਾ ਕਿ ਇੱਕਜੁੱਟ ਕੌਮ ਕੀ ਕਦੀ ਇੱਕਜੁੱਟ ਹੋਵੇਗੀ ਠੀਕ ਇੱਕ ਤਾਂ ਜਿਹੜੀ ਡੇਰਾਵਾਦ ਵਾਲੀ ਗੱਲ ਆ ਜੀ ਇਹਦੇ ਵਾਸਤੇ ਤਿੰਨ ਚਾਰ ਗੱਲਾਂ ਆਪਣੇ ਸਮਝਣ ਵਾਲੀਆਂ ਕਿ ਇਹ ਦੇਹਧਾਰੀ ਗੁਰੂ ਡੰਮ ਦੇ ਨਾਲ ਜੁੜਿਆ ਹੋਇਆ ਉਹ ਸਿਧਾਂਤ ਜਿਹੜਾ ਗੁਰਮਤ ਸਿਧਾਂਤ ਦੇ ਵਿਰੋਧ ਦੇ ਵਿੱਚ ਹੈ ਜੀ ਔਰ ਦੂਸਰੀ ਗੱਲ ਜਿਹੜੀ ਅੱਜ ਹਿੰਦੁਸਤਾਨ ਦੇ ਵਿੱਚ ਜਿਹੜੀ ਵਿਚਾਰਧਾਰਾ ਰਾਜ ਕਰ ਰਹੀ ਹੈ ਹਨਾ ਬ੍ਰਾਹਮਣਵਾਦ ਦੀ ਜਿਹਨੂੰ ਆਪਾਂ ਵਿਚਾਰਧਾਰਾ ਕਹਿ ਦਿੰਦੇ ਹਾਂ ਉਹਦਾ ਇੱਕ ਪਰਟੀਕੂਲਰ ਟੂਲ ਆ ਜੀ ਕਿ ਉਹ ਇਹਦੇ ਰਾਹੀਂ ਐਕਟ ਕਰਦੇ ਆ ਮਤਲਬ ਵੰਡੀਆਂ ਪਾਉਣ ਦਾ ਹੋਰ ਸਾਰਾ ਜਿਸ ਤਰ੍ਹਾਂ ਦਾ ਉਹਨਾਂ ਦਾ ਪਿਛਲਾ ਸਾਰਾ ਸਿਸਟਮ ਹੈ ਜਿਹਨੂੰ ਮਾਡਰਨ ਰੂਪ ਚ ਇੰਪਲੀਮੈਂਟ ਕਰਦੇ ਆ ਔਰ ਦੂਜੀ ਗੱਲ ਇਹਦੇ ਨਾਲ ਸਾਡੇ ਬੁਨਿਆਦੀ ਸਿਧਾਂਤ ਦੇ ਉੱਤੇ ਸੱਟ ਵੱਜਦੀ ਹੈ ਰਾਈਟ ਆਪਾਂ ਦੇਖਦੇ ਹਾਂ ਕਿ
ਹਰ ਇੱਕ ਡੇਰਾ ਜਿਹੜਾ ਆ ਉਹਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ, ਜਿਹੜਾ ਵੀ ਉਸ ਸਿਸਟਮ ਦਾ ਹਿੱਸਾ ਆ ਉਹਨੂੰ ਗਾਹੇ ਬਗਾਹੇ ਪ੍ਰਤੱਖ ਜਾਂ ਦੇਸ ਦੇ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਨੂੰ ਉਹਦੀ ਸਪੋਰਟ ਕਰਨੀ ਪੈਂਦੀ ਹੈ। ਬਿਲਕੁਲ, ਉਹਦੇ ਮੁਕਾਬਲੇ ਦੇ ਵਿੱਚ ਗੁਰੂ ਸਾਹਿਬਾਨ ਨੇ ਜਿਹੜੀ ਵਿਚਾਰਧਾਰਾ ਦਿੱਤੀ ਹੈ ਉਹੀ ਉਹਦਾ ਇੱਕੋ ਇੱਕ ਸੋਲਿਊਸ਼ਨ ਹੈ। ਡੇਰਿਆਂ ਦੀ ਜਿਹੜੀ ਥਾਂ ਆ ਉਹ ਧਰਤੀ ਦੇ ਉੱਪਰ ਜਾਂ ਪੰਜਾਬ ਦੇ ਵਿੱਚ ਸਪੇਸ ਤਾਂ ਹੀ ਬਣੀ ਹੈ ਜੇਕਰ ਉਹ ਸਪੇਸ ਪਹਿਲਾਂ ਸਾਡੇ ਦਿਮਾਗ ਦੇ ਵਿੱਚ। ਪਰ ਗਾਜੀ ਸਾਹਿਬ, ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਡੇਰਾਵਾਦ ਫੈਲ ਰਿਹਾ, ਹੋਰ ਕਿਸੇ ਵੀ ਭਾਰਤ ਦੇ ਖਿੱਤੇ ਵਿੱਚ ਡੇਰਾਵਾਦ ਨਹੀਂ ਹੈ ਇਸ ਲੈਵਲ ਦੇ ਉੱਤੇ। ਹੈ ਵੀ ਜ਼ਰੂਰ, ਜਿੱਦਾਂ ਅੱਜ ਵੀ ਇੱਕ ਸਾਧ ਦੇ ਕੋਲੋਂ 98 ਕਿਲੋ ਸੋਨਾ, 321 ਕਿਲੋ ਚਾਂਦੀ ਔਰ 11,000 ਕਰੋੜ ਰੁਪਏ ਔਰ ਕਿੰਨੇ ਹੀਰੇ ਜਵਾਹਰ ਮਿਲੇ ਨੇ। ਸਾਈਂ ਬਾਬਾ ਜਿਹਦਾ ਨਾਂ ਹੈ ਉਹਦਾ ਦਰਵਾਜ਼ਾ ਅੱਜ ਖੋਲਿਆ ਗਿਆ, ਯਾਨੀ ਕਿ ਲੋਕ ਇਸ ਕਦਰ ਗੁੰਮਰਾਹ ਹੋ ਰਹੇ ਨੇ। ਪਰ ਪੰਜਾਬ ਦੇ ਵਿੱਚ ਜ਼ਿਆਦਾ ਡੇਰਾਵਾਦ ਹੈ, ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਬਾਹਰ ਵੀ ਕਾਫੀ ਹੈ ਪਰ ਉੱਥੇ ਇਸ ਤਰ੍ਹਾਂ ਦੀ ਹੋਰ ਕੋਈ ਵਿਚਾਰਧਾਰਾ ਨਹੀਂ ਹੈ ਜਿਹੜਾ ਉਹਦੇ ਨਾਲ ਕਲੈਸ਼ ਹੋਵੇ। ਉੱਥੇ ਜਿਹੜਾ ਡੇਰਾਵਾਦ ਆ ਉਸੇ ਵਿਚਾਰਧਾਰਾ ਦਾ ਪੂਰਕ ਹੈ ਜੀ, ਠੀਕ ਹੈ। ਇਸ ਕਰਕੇ ਉੱਥੇ ਸਾਡੇ ਸਾਹਮਣੇ ਨਹੀਂ ਇਹ ਸਾਰੀਆਂ ਗੱਲਾਂ ਆਉਂਦੀਆਂ, ਗਾਹੇ ਬਗਾਹੇ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ। ਪੰਜਾਬ ਦੇ ਵਿੱਚ ਸਾਡੀ ਜਿਹੜੀ ਵਿਚਾਰਧਾਰਾ ਆ ਉਹਦਾ ਟਕਰਾਅ ਆ, ਇਸ ਕਰਕੇ ਇੱਥੇ ਫੋਰਸ ਜਿਹੜੀ ਆ ਜ਼ਿਆਦਾ ਲੱਗ ਜਾਂਦੀ ਹੈ। ਵਿਚਾਰਧਾਰਾ ਦਾ ਟਕਰਾਅ ਥੋੜਾ ਜਿਹਾ ਕਲੀਅਰ ਕਰਨਾ, ਕਿਸ ਕਿਸਮ ਦੇ ਤੁਸੀਂ ਟਕਰਾਅ ਦੀ ਗੱਲ ਕਰਦੇ ਵਿਚਾਰਧਾਰਾ ਦੇ ਵਿੱਚ? ਦੇਖੋ, ਗੁਰੂ ਨਾਨਕ ਸਾਹਿਬ ਦੀ ਜਿਹੜੀ ਵਿਚਾਰਧਾਰਾ ਆ ਜਿਹੜੀ ਸ਼ਬਦ ਗੁਰੂ ਦੀ ਹੈ ਜੀ ਜੀ, ਬ੍ਰਾਹਮਣਵਾਦ ਦੀ ਜਿਹੜੀ ਵਿਚਾਰਧਾਰਾ ਆ ਉਹ ਉਹਦੇ ਉੱਪਰ ਨਹੀਂ ਹੈਗੀ, ਉਹ ਦੇਹਧਾਰੀ ਗੁਰੂ ਡੰਮ ਜਾਂ ਹੋਰ ਸਾਰੇ ਮੂਰਤੀ ਪੂਜਾ ਉਸ ਟਕਰਾਅ ਉਹਦੇ ਵਿੱਚ ਜਿਹੜਾ ਮੈਂ ਪਹਿਲਾਂ ਕਿਹਾ ਵੀ ਇਹ ਟੂਲ ਹੈ ਇੱਕ, ਔਰ ਜਿਹੜਾ ਹਥਿਆਰ ਜ਼ਿਆਦਾ ਵਧੀਆ ਹੋਵੇ ਉਹਨੂੰ ਆਪਾਂ ਜ਼ਿਆਦਾ ਲਿਸ਼ਕਾ ਕੇ ਰੱਖਦੇ ਹਾਂ। ਸਿੱਖਾਂ ਦੀ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਡੇਰਾਵਾਦ ਦਾ ਹਥਿਆਰ ਆ ਇਹ ਜ਼ਿਆਦਾ ਕਾਰਗਰ ਹੁੰਦਾ ਕਿਉਂਕਿ ਇੱਕ ਸਿਸਟਮ ਦੇ ਰਾਹੀਂ ਜਦੋਂ ਤੋਂ ਮਤਲਬ ਸਿੱਖਾਂ ਨੂੰ ਇੱਕ ਤਾਂ ਇਹ ਹੈ ਕਿ ਕੰਟੀਨਿਊਸ ਸਟਰਗਲ ਆ ਸਾਰੀ ਜਦੋਂ ਤੋਂ ਮਤਲਬ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਹਨਾ, ਉਹਦੇ ਵਿੱਚ ਜਿਹੜਾ ਪੱਖ ਸਾਡਾ ਕਮਜ਼ੋਰ ਪੈਂਦਾ ਆ ਇਹ ਮਤਲਬ ਫੌਜਾਂ ਦੀ ਜੰਗ ਦੀ ਆਪਾਂ ਉਦਾਹਰਨ ਲੈ ਸਕਦੇ ਹਾਂ ਵੀ ਜਿਹੜਾ ਪਾਸਾ ਕਮਜ਼ੋਰ ਹੁੰਦਾ ਆ ਹਮੇਸ਼ਾ ਹਮਲਾ ਉਸੇ ਪਾਸੇ ਨੂੰ ਹੁੰਦਾ। ਇੱਕ ਲੈਵਲ ਤੇ ਜਾ ਕੇ ਅਸੀਂ ਚੇਤਨ ਪੱਧਰ ਤੇ ਸ਼ਬਦ ਗੁਰੂ ਦੇ ਨਾਲੋਂ ਜਦੋਂ ਟੁੱਟਣੇ ਸ਼ੁਰੂ ਹੋਏ ਆ ਜਦੋਂ ਇੱਥੇ ਸਪੇਸ ਬਣਨੀ ਸ਼ੁਰੂ ਹੋਈ ਆ ਉਹਦੇ ਵਿੱਚੋਂ ਹੀ ਪੰਜਾਬ ਦੀ ਧਰਤੀ ਦੇ ਵਿੱਚ ਡੇਰੇ ਆਏ ਨੇ। ਔਰ ਹੱਲ ਉਹਨਾਂ ਦਾ ਇਹੀ ਹੈ ਕਿ ਗੁਰੂ ਸਾਹਿਬਾਨ ਦੀ ਜਿਹੜੀ ਵਿਚਾਰਧਾਰਾ ਆ ਉਹਦੇ ਮੁਤਾਬਕ ਗੁਰਬਾਣੀ ਦੇ ਮੁਤਾਬਕ ਅਸੀਂ ਆਪਣਾ ਅਮਲ ਲਿਆਈਏ, ਉਹਦੇ ਮੁਤਾਬਕ ਲਿਆਉਣ ਦੀ ਕੋਸ਼ਿਸ਼ ਕਰੀਏ ਜਿੰਨੇ ਮਰਜ਼ੀ। ਸਾਡਾ ਕੰਮ ਇਹ ਹੈ ਕਿ ਅਸੀਂ ਆਪਣਾ ਇਮਾਨਦਾਰੀ ਨਾਲ ਮਤਬੁੱਧ ਤੱਕ ਜਿੰਨੀ ਬਖਸ਼ੀ ਹੈ ਗੁਰੂ ਨੇ ਉਹਦੇ ਮੁਤਾਬਕ ਯਤਨ ਕਰੀਏ, ਸਫਲਤਾ ਮਿਲੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲਦੇ ਹੋ? ਹੈਲੋ, ਮੇਰਾ ਨਾਮ ਤਰਲੋਕ ਸਿੰਘ ਹੈ ਜੀ, ਡਾਕਟਰ ਗੁਰਦੀਪ ਸਿੰਘ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ। ਖਾਲਸਾ ਫਤਿਹ ਤਰਲੋਕ ਸਿੰਘ ਸਾਹਿਬ, ਸਵਾਗਤ ਹੈ ਜੀ, ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੁੰਦਾ ਜਿਵੇਂ ਆਪਾਂ ਕਹਿੰਦੇ ਆ ਆਪਣੂੰ ਕਾਲ ਆਈ ਸੀ ਵੀ ਲੀਡਰ ਬਣੋ, ਵੀ ਤਰਲੋਕ ਸਿੰਘ ਥੋੜਾ ਉੱਚੀ ਬੋਲੋਗੇ ਪਲੀਜ਼, ਥੋੜਾ ਜਿਹਾ ਉੱਚੀ ਬੋਲੋ। ਮੈਂ ਯਾਨੀ ਕਿ ਇਸ਼ੂ ਉਸੇ ਤੇ ਗੱਲ ਕਰਦੇ ਆ ਵੀ ਲੀਡਰਸ਼ਿਪ ਤੇ ਹਾਂਜੀ ਬਿਲਕੁਲ, ਵਿੱਚ ਵੀ ਨੈਵਰ ਹੈਡ ਅਵੇਲੇਬਲ ਇਫ ਵੀ ਗੋ ਐਂਡ ਓਪਨ ਸਿੱਖ ਟੀਵੀ ਇਨ ਦਿੱਲੀ, ਦ ਪੀਪਲ ਰਿੰਗਿੰਗ ਅਸ ਇਨ ਕ੍ਰਿਟੀਸਾਈਜ਼ਿੰਗ, ਵੈਲ ਦੇ ਗਿਵ ਅਸ ਅ ਲਾਇਸੈਂਸ, ਆ ਵਿਲ ਓਪਨ ਇਟ ਅਪ ਟੁਮਾਰੋ ਇਫ ਯੂ ਸੇ ਸੋ। ਧੰਨਵਾਦ ਤੁਹਾਡਾ ਤਰਲੋਕ ਸਿੰਘ ਸਾਹਿਬ ਜੀ, ਬਹੁਤ ਅੱਛੀ ਗੱਲ ਕਹੀ ਆਪਨੇ, ਬਿਲਕੁਲ ਠੀਕ ਹੈ ਕਿ ਜ਼ਾਹਿਰ ਤੌਰ ਉੱਪਰ ਜਿਸ ਵਕਤ ਐਸਾ ਹੋਏਗਾ ਜਿਹੜਾ ਵੀ ਆਵਾਜ਼ ਕਰੇਗਾ ਤਾਂ ਇਹਦਾ ਤਾਂ ਸ਼ਿਕਾਰ ਉਹਨੂੰ ਹੋਣਾ ਹੀ ਪਵੇਗਾ। ਤਾਂ ਬਹੁਤ ਬਹੁਤ ਧੰਨਵਾਦ ਤਰਲੋਕ ਸਿੰਘ ਸਾਹਿਬ ਸਾਡਾ। ਜਿਹੜੀ ਗੱਲ ਆਪਣੀ ਚੱਲ ਰਹੀ ਸੀ ਡਿਪਟੀ ਕਮਿਸ਼ਨਰ ਦੀ, ਪੰਜਾਬ ਦੇ ਵਿੱਚ ਪਹਿਲੀ ਵਾਰੀ ਐਸਾ ਹੋਇਆ ਕਿ ਨੌਨ ਸਿੱਖਸ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਤਾਂ ਉਹਦੇ ਵਿੱਚ ਇਹ ਹੈ ਕਿ ਇੱਕ ਸਿਸਟਮੈਟਿਕ ਤਰੀਕੇ ਦੇ ਤਹਿਤ ਮਤਲਬ ਆਪਾਂ ਦੇਖੀਏ ਕਿਸੇ ਕੌਮ ਨੂੰ, ਆਪਾਂ ਇਹ ਗੱਲ ਮੰਨਦੇ ਹਾਂ ਕਿ ਸਿੱਖਾਂ ਦਾ ਬੁਨਿਆਦੀ ਰੂਪ ਦੇ ਵਿੱਚ ਟਕਰਾਅ ਆ, ਉਸ ਟਕਰਾਅ ਦੇ ਵਿੱਚ ਕਈ ਸਾਰੇ ਪੱਖ ਜਿਹੜੇ ਆ ਉਹ ਸਾਹਮਣੇ ਆਉਂਦੇ ਆ ਜੀ, ਜਿਹਦੇ ਵਿੱਚੋਂ ਅਸੀਂ ਜਿਹੜੇ ਪੱਖ ਨੂੰ ਜ਼ਿਆਦਾ ਉਭਾਰ ਕੇ ਪੇਸ਼ ਕਰਦੇ ਹਾਂ ਜਾਂ ਸਾਨੂੰ ਲੱਗਦਾ ਕਿ ਇਹ ਆ, ਉਹ ਹੈਗਾ ਫਿਜ਼ੀਕਲ ਅਟੈਕ, ਫਿਜ਼ੀਕਲ ਪਰਸੀਕਿਊਸ਼ਨ ਕਿ ਸਾਡੇ ਇੰਨੇ ਬੰਦੇ, ਉਹ ਬਹੁਤ ਜ਼ਿਆਦਾ ਸੀਰੀਅਸ ਆ। ਪਰ ਉਹਦੇ ਨਾਲੋਂ ਜ਼ਿਆਦਾ ਸੀਰੀਅਸ ਉਹ ਹੁੰਦਾ ਆ ਜਿਹਦਾ ਸਾਨੂੰ, ਜਿਹੜਾ ਹਿਡਨ ਰੂਪ ਚੱਲਦਾ, ਜਿਹਦਾ ਪਤਾ ਨਹੀਂ ਲੱਗਦਾ ਸਾਨੂੰ, ਮਤਲਬ ਸਾਈਕੋਲੋਜੀਕਲ ਅਟੈਕ ਆ ਉਹਦੇ
ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਇੱਕ ਹਿੱਸਾ ਆ ਉਹ ਇੰਸਟੀਟਿਊਸ਼ਨਲ ਅਟੈਕ ਦਾ ਆ। ਰੇਫਿਲ ਲੈਮਕਿਨ ਪੋਲਿਸ਼ ਜਿਸ ਸੀਗਾ ਉਹ ਜਿੰਨੀ ਜੈਨੋਸਾਈਡ ਦੇ ਟਰਮ ਇਨਵੈਂਟ ਕੀਤੀ, ਜਿੰਨੇ ਕ੍ਰਾਈਮ ਵਿਦ ਨੋ ਨੇਮ ਨੂੰ ਕ੍ਰਾਈਮ ਦਿੱਤਾ ਕਿ ਇਹ ਜੈਨੋਸਾਈਡ ਹੈ, ਉਹ ਵੀ ਇਹ ਗੱਲ ਸਾਹਮਣੇ ਲਿਆਉਂਦਾ ਕਿ ਫਿਜ਼ੀਕਲ ਜੈਨੋਸਾਈਡ ਇਹ ਬਹੁਤਾ ਜ਼ਿਆਦਾ ਸੀਰੀਅਸ ਨਹੀਂ ਹੈਗਾ ਕਿਉਂਕਿ ਸਾਹਮਣੇ ਦਿਸ ਜਾਂਦਾ ਆ। ਜਿਹੜਾ ਕਲਚਰਲ ਅਟੈਕ ਆ, ਜਿਹੜਾ ਲਿੰਗੁਇਸਟਿਕਸ ਦੇ ਉੱਤੇ ਅਟੈਕ ਆ, ਜਿਹੜਾ ਤੁਹਾਡੇ ਉੱਤੇ ਇੰਸਟੀਟਿਊਸ਼ਨਲ ਅਟੈਕ ਆ, ਉਹ ਤਾਂ ਇੱਥੋਂ ਤੱਕ ਕਹਿੰਦਾ ਕਿ ਡਿਸਇੰਟੈਗਰੇਸ਼ਨ ਆਫ ਨੈਸ਼ਨਲ ਫੀਲਿੰਗਸ ਆਫ ਅ ਨੈਸ਼ਨਲ ਗਰੁੱਪ, ਇਹ ਜੈਨੋਸਾਈਡ ਦਾ ਹਿੱਸਾ ਆ। ਹੁਣ ਇਹਨੂੰ ਕਿੱਦਾਂ ਅਸੀਂ ਪਛਾਣਾਂਗੇ ਕਿ ਸਾਡੀਆਂ ਫੀਲਿੰਗਸ ਦੇ ਉੱਤੇ ਅਟੈਕ ਹੋ ਰਿਹਾ? ਇਹ ਸਾਰਾ ਉਸੇ ਦਾ ਪ੍ਰੋਸੈਸ ਆ, ਇੰਸਟੀਟਿਊਸ਼ਨਲ ਅਟੈਕ ਦਾ ਇਹਨੂੰ ਆਪਾਂ ਮੰਨ ਸਕਦੇ ਹਾਂ ਕਿ ਜੇਕਰ ਅੰਮ੍ਰਿਤਸਰ ਦੇ ਵਿੱਚੋਂ MLA ਵੀ ਚੁਣੇ ਜਾਂਦੇ ਆ, ਉਹ ਜਾ ਕੇ ਸੰਸਕ੍ਰਿਤ ਦੇ ਵਿੱਚ ਜਿਹੜੀ ਹੈ ਉਹ ਸਹੁੰ ਚੁੱਕਦੇ। ਗੱਲ ਸਾਹਿਬ ਇਹੀ ਅਕਾਲੀ, ਕਿਉਂਕਿ ਜਿਹੜਾ ਡਿਪਟੀ ਕਮਿਸ਼ਨਰ ਲਗਾਇਆ ਜਾਂਦਾ ਇਹ ਸਰਕਾਰ ਲਗਾਉਂਦੀ ਹੈ ਨਾ, ਇਹ ਤੇ ਬੜੀ, ਪਰ ਅਕਾਲੀ ਸਰਕਾਰ ਹੈ ਇਸ ਵਕਤ। ਇਹੀ ਅਕਾਲੀ ਸਰਕਾਰ ਉਸ ਵਕਤ ਬੜੀ ਰੋਸ ਦੇ ਵਿੱਚ ਆ ਗਈ ਸੀ ਜਿਸ ਵਕਤ ਗੁਰਦੁਆਰਾ ਕਮਿਸ਼ਨ ਦਾ ਜਿਹੜਾ ਗੁਰਦੁਆਰਾ ਜਿਹਨੂੰ ਆਪਾਂ ਕਹਿੰਦੇ ਹਾਂ ਉਹਦਾ ਚੇਅਰਮੈਨ ਇੱਕ ਨੌਨ ਸਿਕਸ ਲਗਾ ਦਿੱਤਾ ਗਿਆ ਸੀ, ਜਿਹੜੀ ਗੱਲ ਤੁਸੀਂ ਕਹੀ ਸੀ। ਬਿਲਕੁਲ, ਤੁਸੀਂ ਕੀ ਸੋਚਦੇ ਹੋ ਫਿਰ ਇਹ ਕੀ ਇਹਦੇ ਵਿੱਚ ਕਿਹੜੀ ਸਿਆਸਤ ਕੰਮ ਕਰ ਰਹੀ ਵੀ ਕੱਲ ਤੱਕ ਤੋਂ ਪਿੱਟਦੇ ਸਨ, ਜਿਵੇਂ ਕਿ ਜੇ ਆਪਾਂ ਇਹ ਵੀ ਕਹਿ ਲਈ ਕਿ ਕੱਲ ਤੱਕ ਤੋਂ ਦਵਿੰਦਰ ਸਾਹਿਬ ਭੁੱਲਰ ਹੋਣਾ ਦੀ ਜੇਲ੍ਹ ਤਬਦੀਲ ਕਰਕੇ ਪੰਜਾਬ ਲੈਣ ਲਈ ਤਿਆਰ ਨਹੀਂ ਸਨ, ਅੱਜ ਉਹਨਾਂ ਦੇ ਪਿੱਛੇ ਮਤੇ ਪਾਸ ਕਰ ਰਹੇ ਨੇ, ਇਹ ਕੀ ਦੋਗਲਾਪਨ ਕੀ ਹੈ? ਦੇਖੋ, ਇੱਕ ਤਾਂ ਆਪਾਂ ਨੂੰ ਇਹ ਮੰਨਣਾ ਚਾਹੀਦਾ ਕਿ ਕਿਸੇ ਸਮੇਂ ਅਕਾਲੀ ਦਲ ਸਿੱਖਾਂ ਦੀ ਰਾਜਨੀਤਿਕ ਪਾਰਟੀ ਸੀ, ਸਿੱਖਾਂ ਦੀ ਆਵਾਜ਼ ਸੀ, ਅਕਾਲੀ ਦਲ ਦਾ ਕਿਸੇ ਵਕਤ, ਅੱਜ ਨਹੀਂ ਰਹੀ। ਇੱਕ ਮਿੰਟ, ਲੈਟ ਮੀ ਐਕਸਪਲੇਨ। ਆਪਾਂ ਜੇ ਬਾਦਲ ਅਕਾਲੀ ਦਲ ਦੀ ਗੱਲ ਕਰਦੇ ਹਾਂ ਤਾਂ ਮੈਂ ਸਪਸ਼ਟ ਰੂਪ ਚ ਕਹੂੰਗਾ ਕਿ ਨਹੀਂ ਰਹੀ, ਨਹੀਂ, ਠੀਕ ਹੈ। ਸੋ ਆਪਾਂ ਇਸ ਪਾਸੇ ਨੂੰ, ਇੱਕ ਗੱਲ ਇਹ ਸਾਡੇ ਸਾਹਮਣੇ ਸਪਸ਼ਟ ਹੈ ਕਿ ਅਕਾਲੀ ਦਲ ਦਾ ਜਿਹੜਾ ਬੁਨਿਆਦੀ ਸੰਵਿਧਾਨ ਹੈ ਉਹ ਤੁਸੀਂ ਪੜ੍ਹ ਕੇ ਦੇਖੋ, ਉਹਦੇ ਚ ਕੁਝ ਨੋਰਮਸ ਸੀਗੇ ਜਿਹੜੇ ਕਦੀ ਵੀ ਬਦਲੇ ਨਹੀਂ ਜਾ ਸਕਦੇ। ਪਹਿਲੀ ਗੱਲ ਉਹਦੇ ਵਿੱਚ ਇਹ ਸੀ ਕਿ ਸਿੱਖਾਂ ਦੀ ਰਾਜਨੀਤਿਕ ਪਾਰਟੀ, ਜਿਹੜੇ ਸਿੱਖਾਂ ਦੇ ਰਾਜਨੀਤਿਕ ਮੁੱਦਿਆਂ ਨੂੰ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਰਾਜਨੀਤਿਕ ਥਾਂ ਨੂੰ ਉਹ ਬਕਾਇਦਾ ਉਹਦੇ ਚ ਦਰਜ ਆ ਵੀ ਆਹ ਥਾਂ ਉਹਨੂੰ ਮਤਲਬ ਅੱਗੇ ਵਧਾਉਣ ਦੇ ਵਾਸਤੇ ਏਜੰਡਾ ਲਾਗੂ ਕਰੂਗੀ, ਔਰ ਇਹ ਓਦਾਂ ਦੀ ਮੱਦ ਸੀ ਜਿਹਨੂੰ ਬਦਲਿਆ ਨਹੀਂ ਜਾ ਸਕਦਾ। ਫਿਰ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਆ ਉਹ ਕਿਸੇ ਵੀ ਤਰ੍ਹਾਂ ਦੀ ਇਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲਊਗਾ, ਔਰ ਇਹ ਉਹ ਮੱਦ ਸੀ ਜਿਹਨੂੰ ਬਦਲਿਆ ਨਹੀਂ ਸੀ ਜਾ ਸਕਦਾ। ਹੁਣ ਜਦੋਂ ਅਕਾਲੀ ਦਲ ਦਾ ਬੁਨਿਆਦੀ ਸੰਵਿਧਾਨ ਦਾ ਕਰੈਕਟਰ ਹੈ ਜਿਹੜਾ ਉਹ ਚ ਲਿਖਿਆ ਕਿ ਅਕਾਲੀ ਦਲ ਦੇ ਸੰਵਿਧਾਨ ਦੀ ਬੁਨਿਆਦੀ ਫਿਤਰਤ ਨੂੰ ਬਦਲਿਆ ਨਹੀਂ ਜਾ ਸਕਦਾ। ਪਰ ਇਹ ਹਿੱਸਾ ਤਾਂ ਲੈਂਦੇ ਰਹੇ ਸਟਾਰਟ ਫਰਮ ਬਿਗਨਿੰਗ ਦੇ ਵਿੱਚ ਲੈਂਦੇ। ਤੁਸੀਂ ਦੇਖੋ, ਹੁਕਮ ਸਿੰਘ ਗੰਗੋਵਾਲ ਹੋਣੀ ਸੀਗੇ, ਹੁਕਮ ਸਿੰਘ ਨੇ ਹਿੱਸਾ ਲਿਆ, ਹੁਕਮ ਸਿੰਘ ਵਾਸ ਦਾ ਪ੍ਰੈਜ਼ੀਡੈਂਟ ਆਫ ਅਕਾਲੀ ਦਲ, ਉਹਨੇ ਚੋਣਾਂ ਦੇ ਵਿੱਚ ਹਿੱਸਾ ਲਿਆ। ਹਾਂ, ਮਾਸਟਰ ਤਾਰਾ ਸਿੰਘ ਨੇ ਲਿਆ, ਤਾਰਾ ਸਿੰਘ ਨੇ ਲਿਆ, ਸੰਤ ਗੰਗੋਵਾਲ ਨਹੀਂ ਲੈਂਦੇ ਰਹੇ, ਉਸ ਤੋਂ ਬਾਅਦ ਦੇ ਵਿੱਚ ਫਤਿਹ ਸਿੰਘ ਨੇ ਲਿਆ, ਪਰ ਹੁਕਮ ਸਿੰਘ ਨੇ ਲਿਆ। ਮੈਂ ਦੱਸ ਦਿੰਦਾ, ਜਿਸ ਦਿਨ ਇਹਨਾਂ ਨੇ ਉਸ ਬੁਨਿਆਦੀ ਫਿਤਰਤ ਜਿਹਨੂੰ ਬਦਲਿਆ ਹੀ ਨਹੀਂ ਜਾ ਸਕਦਾ ਉਹਨੂੰ ਤਬਦੀਲ ਕਰ ਦਿੱਤਾ ਤਾਂ ਅਸੀਂ ਕਿਵੇਂ ਕਹਾਂਗੇ ਕਿ ਉਹ ਅਕਾਲੀ ਦਲ ਹੈ? ਸੋ ਇਹ ਗੱਲ ਹੈ, ਇਹ ਗੱਲ ਸਾਨੂੰ ਸਮਝਣੀ ਪਊਗੀ, ਇਸ ਗੱਲ ਸਾਨੂੰ ਕਲੀਅਰ ਹੋਣੀ ਚਾਹੀਦੀ। ਪਰ ਹੁਣ ਕਿਉਂਕਿ ਅਕਾਲੀ ਦਲ ਸਿੱਖਾਂ ਦੀ ਰਾਜਨੀਤਿਕ ਪਾਰਟੀ, ਉਹ ਤਾਂ ਕਹਿੰਦੇ ਸੀ ਪੰਜਾਬੀ ਪਾਰਟੀ, ਮੈਂ ਬਿਲਕੁਲ ਉਸੇ ਗੱਲ ਤੇ ਕਹਿ ਰਿਹਾ ਨਾ, ਇਹ ਤਾਂ ਤੁਸੀਂ ਮੇਰੀ ਗੱਲ ਨੂੰ ਹੀ ਮਤਲਬ ਰੀਕਨਫਰਮ ਕਰ ਰਹੇ ਹੋ। ਜੀ ਜੀ ਜੀ, ਸੌਰੀ। ਜਿੱਥੋਂ ਤੱਕ ਇਹ ਗੱਲ ਹੈ ਆਪਣੀ ਆਪਣਾ ਇਹ ਮੁੱਦਾ ਜਿਹੜਾ ਇਹਨਾਂ ਨੂੰ ਲਾਉਣ ਦਾ, ਉਹਦੇ ਵਿੱਚ ਇਹ ਹੈ ਕਿ ਰਾਜਨੀਤਿਕ ਪਾਰਟੀ ਇਹ ਹੁਣ ਮਤਲਬ ਪਿਓਰਲੀ ਇਟਸ ਅ ਪੋਲੀਟੀਕਲ ਪਾਰਟੀ, ਇਹ ਸਿੱਖਾਂ ਦੇ ਹਿੱਤਾਂ ਦੇ ਨਾਲ ਨਹੀਂ ਹੈ, ਤਾਂ ਰਾਜਨੀਤੀ ਦੇ ਵਿੱਚ ਕੋਈ ਕਿਸੇ ਦਾ ਸਕਾ ਤਾਂ ਹੈ ਨਹੀਂ, ਜੋ ਬਣਾਈ ਹੋਈ ਹੈ ਉਹਦੇ ਵਿੱਚ ਤਾਂ ਹਿੱਤ ਨੇ, ਇੰਟਰਸਟ ਨੇ, ਜਿੱਥੇ ਉਹਨਾਂ ਨੂੰ ਲੱਗਦਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਵਿਰੋਧ ਕਰਕੇ ਸਾਡੇ ਇੰਟਰਸਟ ਪੂਰੇ ਹੁੰਦੇ ਆ, ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਵਿਰੋਧ ਕਰ ਰਹੇ ਨੇ, ਜਿੱਥੇ ਉਹਨਾਂ ਨੂੰ ਲੱਗਦਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ 'ਚ ਗੱਲ ਕਰਕੇ ਸਾਡੇ ਇੰਟਰਸਟ ਪੂਰੇ ਹੁੰਦੇ ਆ, ਉੱਥੇ ਉਹ ਕਰ ਰਹੇ ਆ। ਸੈਕਿੰਡਲੀ, ਇਹ ਆਪਣੇ ਆਪ ਦੇ ਤੌਰ ਦੇ ਉੱਪਰ ਵੀ ਵਿਚਾਰਧਾਰਕ ਤੌਰ 'ਤੇ ਆਜ਼ਾਦ ਤੌਰ ਦੇ ਉੱਤੇ ਨਹੀਂ ਵਿਚਰਦੇ, ਇਸ ਕਰਕੇ ਜਿੱਥੋਂ ਤੱਕ ਤਾਂ ਇਹਨਾਂ ਨੂੰ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਦੇ ਮਾਮਲੇ 'ਚ ਨੌਨ ਸਿੱਖ ਦਾ ਵਿਰੋਧ ਕਰਨ ਦੇ ਵਿੱਚ ਸਾਡੇ ਹਿੱਤਾਂ ਉੱਥੇ ਵਿਰੋਧ ਕਰ ਰਹੇ ਆ, ਜਿੱਥੇ ਇਹਨਾਂ ਨੂੰ ਲੱਗਦਾ ਕਿ BJP ਦੇ ਨਾਲ ਸਾਡਾ ਅਲਾਇੰਸ ਹੈ, ਭਗਵਾਂ ਕਰਨ ਦੀ ਪਾਲਿਸੀ ਹੈ ਸਾਰੀ ਉਹਨਾਂ ਦੀ, ਔਰ ਉੱਥੇ ਸਾਡੇ ਪਾਰਟੀ ਹਿੱਤ ਉਹਨਾਂ ਦੇ ਹਿੱਤਾਂ ਦੇ ਅੰਦਰ ਚੱਲ ਰਹੇ ਆ, ਉਸ ਪਾਲਿਸੀ ਦੇ ਤਹਿਤ ਉਹ ਲਾ ਰਹੇ ਆ। ਸੋ ਸਾਡੇ ਵਾਸਤੇ ਇਸ ਗੱਲ ਦੀ ਸ਼ਨਾਖਤ ਕਰਨ ਦੀ ਲੋੜ ਹੈ ਤਾਂ ਕਿ ਇਹਨੂੰ ਅੱਗੇ ਇਹਦਾ ਹੱਲ ਜਿਹੜਾ ਹੈ ਉਹਦੇ ਵੱਲ ਨੂੰ ਅਸੀਂ। ਬਹੁਤ ਬਹੁਤ ਧੰਨਵਾਦ, ਸਾਡਾ ਸਮਾਂ ਜਿਹੜਾ ਉਹ ਲਗਭਗ ਸਮਾਪਤ ਹੋ ਗਿਆ, ਸਮਾਂ ਪਤਾ ਨਹੀਂ ਲੱਗਾ, ਪਰ ਜਿਸ ਵਕਤ ਆਪ ਕਾਲਸ ਕਰੋ ਤਾਂ ਮੈਂ ਬੇਨਤੀ ਕਰਾਂਗਾ ਕਿ ਅਗਲੇ ਆਪ ਕਾਲਸ ਥੋੜ੍ਹੀ ਜਿਹੀ ਸ਼ਾਰਟ ਰੱਖਿਆ ਕਰੋ, ਕਿਉਂਕਿ ਕੁਛ ਅੱਜ ਕਾਲਰਸ ਦੇ ਨਾਲ ਲੰਬੇਰੀ ਗੱਲ ਹੋਣ ਕਰਕੇ ਜ਼ਿਆਦਾ ਅੱਜ ਵੀ ਕਾਲਸ ਆਪਾਂ ਨਹੀਂ ਲੈ ਸਕੀ, ਇਸ ਗੱਲ ਦਾ ਸਾਨੂੰ ਅੱਜ ਵੀ ਗਿਲਾ ਰਹੇਗਾ, ਲੇਕਿਨ ਜਿਨ੍ਹਾਂ ਨੇ ਫੋਨ ਕਾਲਸ ਕੀਤੀਆਂ ਉਹਨਾਂ ਦਾ ਸ਼ੁਕਰੀਆ, ਧੰਨਵਾਦ, ਔਰ ਜਿਨ੍ਹਾਂ ਦੀ ਫੋਨ ਕਾਲਸ ਨਹੀਂ ਲੈ ਸਕੇ ਉਹਨਾਂ ਤੋਂ ਖਿਮਾ ਮੰਗਦੇ ਹਾਂ। ਗਾਈ ਸਾਹਿਬ, ਸਾਡੇ ਪਾਸ ਸਿਰਫ 2 ਮਿੰਟ ਦਾ ਸਮਾਂ ਬਾਕੀ ਹੈ, ਮੈਂ ਚਾਹਾਂਗਾ ਕਿ ਤੁਹਾਡੀ ਆਵਾਜ਼ ਇਸ ਵਕਤ ਪੂਰੇ ਯੂਰਪ ਭਰ ਦੇ ਵਿੱਚ ਜਾ ਰਹੀ ਹੈ, ਆਪਣੇ ਵੱਲੋਂ ਤੁਸੀਂ ਕੋਈ ਆਖਿਰ ਦੇ ਵਿੱਚ 1 ਮਿੰਟ ਦੇ ਵਿੱਚ ਪੈਗਾਮ ਦੇਣਾ ਚਾਹੋ ਤਾਂ ਮੈਂ ਸਵਾਗਤ ਕਰਾਂਗਾ। ਕਾਲਸ ਆਪਾਂ ਹੁਣ ਨਹੀਂ ਲੈ ਸਕਾਂਗੇ, ਹੋਰ ਪਲੀਜ਼ ਆਪ ਕਾਲਸ ਨਾ ਮਿਲਾਉਣਾ ਜੀ। ਬਿਲਕੁਲ, ਜਿਹੜੀ ਤਾਂ ਸਮੂਹ
ਸਾਡਾ ਸਿੱਖਾਂ ਦਾ ਹਿੱਸਾ ਜਿਹੜਾ ਯੂਰਪ ਦੇ ਵਿੱਚ ਰਹਿ ਰਿਹਾ ਜਾਂ ਜਿੱਥੋਂ ਤੱਕ ਵੀ ਆਪਣੀ ਗੱਲ ਜਿਹੜੀ ਆ ਪਹੁੰਚ ਰਹੀ ਹੈ ਜੀ, ਇਹੀ ਸੁਨੇਹਾ ਹੈ ਕਿ ਆਪਾਂ ਨੂੰ ਇੱਕ ਤਾਂ ਅੱਜ ਦੇ ਹਾਲਾਤ ਨੂੰ ਸਮਝਣਾ ਚਾਹੀਦਾ ਜੀ। ਪੰਜਾਬ ਦੇ ਵਿੱਚ ਜੋ ਵੀ ਵਾਪਰ ਰਿਹਾ ਉਹ ਸਾਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਪੰਜਾਬ ਦੇ ਸਿੱਖਾਂ ਨਾਲ ਵਾਪਰ ਰਿਹਾ, ਉਹ ਸਾਡੇ ਨਾਲ ਵਾਪਰ ਰਿਹਾ। ਸਾਨੂੰ ਆਪਣੀਆਂ ਨੈਸ਼ਨਲ ਫੀਲਿੰਗਸ ਨੇ ਜਿਹੜੀਆਂ ਉਹਨਾਂ ਨੂੰ ਇੰਟੈਗਰੇਟ ਕਰਨਾ ਚਾਹੀਦਾ, ਔਰ ਖਾਸ ਤੌਰ ਦੇ ਉੱਪਰ ਨੌਜਵਾਨਾਂ ਨੂੰ ਇਹ ਸੁਨੇਹਾ ਆ ਕਿ ਅੱਗੇ ਦਾ ਜਿਹੜਾ ਸੰਘਰਸ਼ ਹੈ ਭਾਈ ਉਹ ਤੁਹਾਡੇ ਹੱਥਾਂ ਦੇ ਵਿੱਚ ਹੈ ਜੀ। ਹਰ ਖੇਤਰ ਦੇ ਵਿੱਚ ਸਾਨੂੰ ਬੰਦੇ ਚਾਹੀਦੇ ਨੇ, ਚਾਹੇ ਉਹ ਰਾਜਨੀਤਿਕ ਹੋਵੇ, ਧਾਰਮਿਕ ਹੋਵੇ, ਚਾਹੇ ਉਹ ਇੰਟਲੈਕਚੁਅਲ ਖੇਤਰ ਹੋਵੇ, ਜਿਨ੍ਹਾਂ ਪੱਖਾਂ ਦੇ ਵਿੱਚ ਅਸੀਂ ਕਮਜ਼ੋਰ ਰਹੇ ਹਾਂ, ਇਸ ਸੰਘਰਸ਼ ਨੂੰ ਅੱਗੇ ਲੈਣ ਦੀ ਜ਼ਿੰਮੇਵਾਰੀ ਆਪਣੀ ਹੈ। ਅਸੀਂ ਅੱਜ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਆਪਣਾ ਫਰਜ਼ ਸਮਝਦੇ ਹੋਏ ਤੁਹਾਡੇ ਤੱਕ ਪਹੁੰਚ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਗਾਜ਼ੀ ਸਾਹਿਬ ਦੇ ਨਾਲ ਸਾਡੀ ਗੱਲਬਾਤ ਹੋਈ, ਬੜੀਆਂ ਅੱਛੀਆਂ ਗੱਲਾਂ ਹੋਈਆਂ, ਵਕਤ ਜਿਹੜਾ ਬੜੇ ਜਲਦੀ ਪਾਸ ਹੋ ਗਿਆ। ਆਖਿਰ ਦੇ ਵਿੱਚ ਗਾਜ਼ੀ ਸਾਹਿਬ ਨੇ ਕਿਹਾ ਕਿ ਕੌਮ ਦੇ ਕਿਸੇ ਵੀ ਇੱਕ ਵਿਅਕਤੀ ਉੱਪਰ ਕੋਈ ਜ਼ੁਲਮ ਹੋਵੇ ਸਾਨੂੰ ਸਮਝਣਾ ਚਾਹੀਦਾ, ਕੋਈ ਸਾਡੇ ਪਿੰਡੇ ਉੱਪਰ ਹੋਵੇ। ਇਹ ਜਵਾਬ ਹੈ ਉਹਨਾਂ ਲੋਕਾਂ ਦਾ ਜਿਹੜੇ ਕਹਿੰਦੇ ਕਿ ਇੱਥੇ ਬੈਠ ਕੇ ਤੁਸੀਂ ਕੀ ਖੱਪ ਪਾ ਰਹੇ ਹੋ। ਔਰ ਇਹ ਜਵਾਬ ਅਸਲ ਦੇ ਵਿੱਚ ਸੋਲੋ ਨੇ ਦਿੱਤਾ ਸੀ, ਉਹ ਕਹਿੰਦਾ ਕਿ ਜੇ ਤੁਹਾਡੇ ਗੁਆਂਢੀ ਦੇ ਘਰ ਕੁਝ ਹੋਇਆ ਨਾ ਤੇ ਸਮਝੋ ਕਿ ਕੱਲ ਨੂੰ ਉਹੀ ਗੱਲ ਤੁਹਾਡੇ ਉੱਪਰ ਵੀ ਹੋ ਸਕਦੀ ਹੈ, ਇਸ ਕਰਕੇ ਅੱਜ ਹੀ ਸੁਚੇਤ ਹੋ ਜਾਓ। ਔਰ ਬਾਬਾ ਕਬੀਰ ਜੀ ਨੇ ਕੁਰੈਕਟ ਕਰ ਦਿੱਤਾ ਇਹ ਗੱਲ ਗੁਰਮਤ ਦੇ ਵਿੱਚ, ਗੁਰਬਾਣੀ ਦੇ ਵਿੱਚ, ਕਬੀਰ ਡੂਬੋਗੇ ਬੂਡੋਗੇ ਰੇ ਬਾਪਰੇ, ਅਨ ਲੋਗਨ ਕੇ ਆਨ ਪਾਰੋਸੀ ਕੇ ਜੋ ਹੁਆ ਉਹ ਤੋਂ ਆਪਣੇ ਵੀ ਜਾਨ। ਅੱਜ ਜਿਹੜਾ ਤੇਰੇ ਪੜੋਸੀ ਦੇ ਘਰ ਹੋ ਰਿਹਾ ਨਾ ਕੱਲ ਉਹ ਤੇਰੇ ਘਰ ਵੀ ਹੋ ਸਕਦਾ, ਇਸ ਕਰਕੇ ਜੇ ਤੈਨੂੰ ਰੱਬ ਨੇ ਸਮਰੱਥਾ ਦਿੱਤੀ, ਇੱਕ ਸਟੇਜ ਦਿੱਤੀ ਬੋਲਣ ਦੀ ਤਾਂ ਬੋਲ, ਜੇ ਲਿਖਣ ਦੀ ਦਿੱਤੀ ਹੈ ਤਾਂ ਲਿਖ। ਤੋ ਇਸ ਕਰਕੇ ਪਲੀਜ਼ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਨਾਰਾਜ਼ ਨਹੀਂ ਹੋਣ, ਉਹ ਕਾਲਸ ਨਾ ਕਰਿਆ ਕਰਨ ਜਿਹੜੇ ਕਹਿੰਦੇ ਕਿ ਇੱਥੇ ਬੈਠ ਕੇ ਅਸੀਂ ਕੀ ਕਰ ਰਹੇ ਹਾਂ। ਇਹ ਸਤਿਗੁਰ ਜਾਣਦਾ ਕਿ ਇੱਥੇ ਬੈਠ ਕੇ ਜਿਹੜੀ ਆਵਾਜ਼ ਸਟੇਜ ਸਾਨੂੰ ਮਿਲੀ ਹੈ, ਜਿੰਨੀ ਕੁ ਆਵਾਜ਼ ਅਸੀਂ ਬੁਲੰਦ ਕਰ ਸਕਦੇ ਹਾਂ, ਜਿੰਨੀ ਕੁ ਸਮਰੱਥਾ ਸਾਨੂੰ ਦੱਸੀ ਹੈ। ਇੱਕ ਚੌਕੀਦਾਰ ਹੈ ਉਹ ਸੜਕ ਦੇ ਉੱਤੇ ਡਾਂਗ ਮਾਰਦਾ ਔਰ ਕਹਿੰਦਾ ਕਿ ਜਾਗਦੇ ਰਹੋ, ਉਹਦਾ ਮਕਸਦ ਸਾਨੂੰ ਜਗਾਉਣਾ ਨਹੀਂ ਹੁੰਦਾ, ਇਸ ਗੱਲ ਨੂੰ ਆਪਾਂ ਸਮਝਣਾ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਪਰਮਜੀਤ ਸਿੰਘ ਜੀ ਗਾਜ਼ੀ ਸਾਹਿਬ ਦਾ ਔਰ ਮੇਰੇ ਵੀਰ ਮਨਦੀਪ ਸਿੰਘ ਜੀ ਚਿੱਟੀ ਹੁਣਾਂ ਦਾ, ਜਿਹੜੇ ਉਹਨਾਂ ਨੂੰ ਲੈ ਕੇ ਆਏ। ਆਪ ਸਭਨਾਂ ਦਾ ਬਹੁਤ ਧੰਨਵਾਦ। ਮੈਂ ਆਪ ਜੀ ਦਾ ਦਾਸ ਗੁਰਦੀਪ ਸਿੰਘ, ਆਪ ਜੀ ਦੇ ਚਰਨਾਂ ਤੋਂ ਇੱਥੇ ਵਿਦਾ ਚਾਹਾਂਗਾ, ਛੁੱਟੀਆਂ ਚਾਹਾਂਗਾ, ਇਜਾਜ਼ਤਾਂ ਚਾਹਾਂਗਾ। ਮੈਂ ਆਪ ਜੀ ਦੇ ਚਰਨ ਪਰਸਾਂਗਾ ਅਗਲੇ ਸ਼ੁੱਕਰਵਾਰ, ਜੇ ਸਤਿਗੁਰ ਨੇ ਚਾਹਿਆ ਤਾਂ 7 ਤੋਂ 9 ਦੇ ਸਮੇਂ ਦੇ ਦੌਰਾਨ, ਔਰ ਉਸ ਤੋਂ ਬਾਅਦ ਉਸ ਤੋਂ ਅਗਲੇ ਸ਼ਨੀਚਰਵਾਰ 6 ਤੋਂ 8 ਦੇ ਸਮੇਂ ਦੇ ਦੌਰਾਨ। ਅਗਲੇ ਸ਼ੁੱਕਰਵਾਰ ਤੱਕ ਦੇ ਲਈ ਆਪਣਾ ਖਿਆਲ ਰੱਖਣਾ, ਰੱਬ ਰਾਖਾ, ਸ਼ੁਭ ਰਾਤ, ਸ਼ਬਾ ਖੈਰ, ਗੁੱਡ ਨਾਈਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।